ਪਹਿਰੇਦਾਰ ਟੀਵੀ ਦੇਖ ਰਹੇ ਸਤਿਕਾਰਯੋਗ ਦਰਸ਼ਕ ਵੀਰੋ, ਭੈਣੋ ਤੇ ਪਿਆਰੇ ਬੱਚਿਓ, ਜਸਪਾਲ ਸਿੰਘ ਹੀਰਾ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾਂ ਤੁਹਾਡੇ ਸਨਮੁੱਖ ਰੋਜ਼ਾਨਾ ਦੀ ਤਰ੍ਹਾਂ ਪ੍ਰੋਗਰਾਮ ਮੁੱਦੇ ਦੀ ਗੱਲ ਲੈ ਕੇ, ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਗੰਭੀਰ ਮੁੱਦਿਆਂ 'ਤੇ, ਕੁਝ ਗੁੱਝੇ ਭੇਦਾਂ 'ਤੇ, ਕੁਝ ਪਰਦੇ ਪਿਛਲੀਆਂ ਗੱਲਾਂ 'ਤੇ ਚਾਨਣ ਪਾਉਣ ਦੀ ਕੋਸ਼ਿਸ਼ ਕਰਦੇ ਹਾਂ, ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਇਸ ਪ੍ਰੋਗਰਾਮ ਵਿੱਚ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਸਾਥ ਦਿੰਦੇ ਨੇ ਉੱਘੇ ਸਿੱਖ ਚਿੰਤਕ, ਇਤਿਹਾਸ ਦੇ ਡੂੰਘੇ ਜਾਣਕਾਰ ਸਰਦਾਰ ਗੁਰਪ੍ਰੀਤ ਸਿੰਘ ਜੀ ਮੰਡਿਆਣੀ। ਮੰਡਿਆਣੀ ਸਾਹਿਬ, ਤੁਸੀਂ ਸਾਡੇ ਅੱਜ ਦੇ ਪ੍ਰੋਗਰਾਮ ਵਿੱਚ ਆਏ ਜੀ, ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੰਡਿਆਣੀ ਸਾਹਿਬ, ਅੱਜ 26 ਨਵੰਬਰ ਦਾ ਦਿਨ ਆ, ਸੋ ਜੇ ਆਪਾਂ ਯਾਦ ਕਰੀਏ 26 ਨਵੰਬਰ 1949 ਨੂੰ, ਅਤੇ ਇਸ ਦਿਨ ਜਿਹੜਾ ਇਸ ਦੇਸ਼ ਦਾ ਸੰਵਿਧਾਨ ਆ ਮਤਲਬ ਪਾਸ ਕੀਤਾ ਗਿਆ ਸੀ, ਭਾਵੇਂ ਲਾਗੂ 26 ਜਨਵਰੀ 1950 ਨੂੰ ਕੀਤਾ ਗਿਆ, ਪਰੰਤੂ ਉਹਨੂੰ ਜਿਹੜਾ ਪਾਸ ਆ ਉਹਦੇ ਮੈਂਬਰਾਂ ਵੱਲੋਂ ਜਿਹੜੇ ਬਣਾਉਣ ਵਾਲੀ ਵਿਧਾਨ ਘਟਨੀ ਸੀ ਉਹਨਾਂ ਵੱਲੋਂ 26 ਨਵੰਬਰ 1949 ਨੂੰ ਇਹਨੂੰ ਪਾਸ ਕੀਤਾ ਗਿਆ। ਪਰੰਤੂ ਆਪਾਂ ਪਿਛਲੇ ਵਾਰੇ ਵੀ ਗੱਲ ਕੀਤੀ ਸੀ, ਪਰੰਤੂ ਇਸ ਸੰਵਿਧਾਨ ਨੂੰ ਜਿਹੜੇ ਸਿੱਖਾਂ ਦੇ ਪ੍ਰਤੀਨਿਧ ਸੀ, ਜਿਹੜੇ ਜਿਨ੍ਹਾਂ ਦੇ ਵਿੱਚ ਹੁਕਮ ਸਿੰਘ ਅਤੇ ਭਵਿੰਦਰ ਸਿੰਘ ਸੀ, ਉਹਨਾਂ ਨੇ ਇਹ ਕਹਿੰਦਿਆਂ ਹੋਇਆ ਕਿ ਇਹ ਜਿਹੜਾ ਸੰਵਿਧਾਨ ਆ ਸਿੱਖਾਂ ਨਾਲ ਜਿਹੜੇ ਵਾਅਦੇ ਕੀਤੇ ਗਏ ਸੀਗੇ ਇਸ ਦੇਸ਼ ਦੇ ਨਵੇਂ ਬਣੇ ਹਾਕਮਾਂ ਵੱਲੋਂ, ਉਹਨਾਂ ਦੀ ਪੂਰਤੀ ਨਹੀਂ ਕਰਦਾ, ਉਹਨਾਂ ਦਾ ਵਾਅਦਾ ਖਿਲਾਫੀ ਕਰਦਾ ਵਾ, ਉਹਨਾਂ 'ਤੇ ਵਿਸ਼ਵਾਸਘਾਤ ਕਰਦਾ, ਇਸ ਲਈ ਸਿੱਖ ਇਸ ਸੰਵਿਧਾਨ ਨੂੰ ਪ੍ਰਵਾਨ ਨਹੀਂ ਕਰ ਸਕਦੇ, ਉਹਨਾਂ ਦੋਨਾਂ ਨੇ ਇਨਕਾਰ ਕਰ ਦਿੱਤਾ ਸੀ। ਭਾਵੇਂ ਕਿ ਕੁਝ ਹੋਰ ਜਿਹੜੇ ਉਹਦੇ ਮੈਂਬਰ ਸੀ ਸਿੱਖ, ਉਹਨਾਂ ਨੇ ਦਸਤਖਤ ਵੀ ਕੀਤੇ ਸੀ। ਸੋ ਅੱਜ ਦੇ ਦਿਨ 'ਤੇ ਇਹਨੂੰ ਸੰਵਿਧਾਨ ਦਿਵਸ ਵੀ ਕਿਹਾ ਜਾਂਦਾ ਵਾ। ਸੋ ਅੱਜ ਦੇ ਦਿਨ 'ਤੇ ਮਤਲਬ ਤੁਸੀਂ ਇਸ ਸੰਵਿਧਾਨ 'ਤੇ ਸਿੱਖਾਂ ਵੱਲੋਂ ਇਸ ਨੂੰ ਇਨਕਾਰੇ ਜਾਣ 'ਤੇ ਕੀ ਮਤਲਬ ਆਪਣੇ ਵਿਚਾਰ ਪ੍ਰਗਟਾਉਂਗੇ? ਜਿਹੜਾ ਇਹ ਅਲੰਬਾ ਜੀ ਵੀ ਜਿਹੜੇ ਸੰਵਿਧਾਨ ਨੇ ਸਿੱਖਾਂ ਨਾਲ ਵਫਾ ਨਹੀਂ ਕੀਤਾ ਜੀ, ਜੋ ਸਿੱਖਾਂ ਦੀਆਂ ਮੰਗਾਂ ਆਸਾਂ ਅਤੇ ਉਮੀਦਾਂ ਸੀਗੀਆਂ ਜੀ, ਉਹਦੇ 'ਤੇ ਸਾਡਾ ਸੰਵਿਧਾਨ ਪੂਰਾ ਨਹੀਂ ਉਤਰਿਆ ਜੀ, ਵੀ ਸਿੱਖ ਨੁਮਾਇੰਦਿਆਂ ਨੇ ਉੱਥੇ ਦਸਖਤ ਕਰਨ ਨੂੰ ਇਨਕਾਰ ਕਰਤਾ ਜੀ, ਅਤੇ ਇਹੀ ਸੁਣਦੇ ਆਏ ਹੁਣ ਤੱਕ ਜੀ ਵੀ ਦੋ ਸਿੱਖ ਨੁਮਾਇੰਦੇ ਸੀਗੇ ਅਤੇ ਦੋਨਾਂ ਨੇ ਇਨਕਾਰ ਕਰਤਾ। ਬਿਲਕੁਲ, ਅਤੇ ਅਸਲ ਦੇ ਵਿੱਚ ਉਦੋਂ 6 ਸਿੱਖ ਨੁਮਾਇੰਦੇ ਸੀਗੇ ਸੰਵਿਧਾਨ ਅਤੇ 2 ਨੇ ਇਨਕਾਰ ਕੀਤਾ ਸੀਗਾ, ਬਾਕੀਆਂ ਨੇ ਸਾਈਨ ਕਰਤੇ ਸੀ ਜੀ। ਅਤੇ ਚਲੋ ਜੇ 6 ਦੇ 6 ਵੀ ਨਾ ਕਰਦੇ ਤਾਂ ਵੀ ਕੋਈ ਪੈਣਾ ਨਹੀਂ, ਪਰੰਤੂ ਇਹ ਜਿਹੜਾ ਇਤਿਹਾਸ ਦਾ ਹਿੱਸਾ ਬਣ ਗਈ ਗੱਲ, ਜਿਹੜੀ ਜਿਹਨੂੰ ਡਿਸੈਂਡਿੰਗ ਨੋਟ ਕਹਿੰਦੇ ਆ ਜੀ, ਵੀ ਵਿਰੋਧ ਉੱਥੇ ਦਰਜ ਕਰਾਇਆ, ਬਿਲਕੁਲ ਉਹ ਦੋ ਨੇ ਕਰਾਇਆ ਜੀ, ਚਲੋ ਚਾਹੇ 6 ਨੇ ਕਰਾਇਆ ਜਾਂ 2 ਨੇ ਕਰਾਇਆ, 2 ਨੇ ਭਾਗ ਲਿਆ ਜੀ, 4 ਨੇ ਨਹੀਂ ਭਾਪਿਆ ਜਾਂ ਕਿਸੇ ਮਜ਼ਬੂਰੀ ਕਰਕੇ ਚੁੱਪ ਰਹੇ ਜੀ। ਦੇਖੋ ਇਹਨੂੰ ਜਦੋਂ ਅਸੀਂ ਅਲੰਭਾ ਦਿੰਦੇ ਹਾਂ ਜੀ ਬਹੁ ਗਿਣਤੀ 'ਤੇ ਜੀ ਜੀ, ਵੀ ਬਹੁ ਗਿਣਤੀ ਹਿੰਦੂ ਬਹੁ ਗਿਣਤੀ ਸੀਗੀ ਸੰਵਿਧਾਨ ਸਭਾ ਦੇ ਵਿੱਚ, ਤਾਂ ਉਹਨਾਂ ਨੇ ਸਿੱਖਾਂ ਨਾਲ ਸਿੱਖਾਂ ਦੀਆਂ ਮੰਗਾਂ ਦਾ ਖਿਆਲ ਨਹੀਂ ਰੱਖਿਆ। ਇਹ ਤੋਂ ਪਹਿਲਾਂ ਆਪਾਂ ਥੋੜ੍ਹਾ ਜਿਹਾ ਪਿਛੋਕੜ ਦੇ ਵਿੱਚ ਜਾਈਏ ਵੀ ਇਹ ਸੰਵਿਧਾਨ ਸਭਾ ਬਣੀ ਕਿਵੇਂ ਜੀ। ਇਹ ਜਦੋਂ 1945 ਦੇ ਵਿੱਚ ਕੈਬਨਿਟ ਮਿਸ਼ਨ ਇੰਡੀਆ ਆਇਆ ਜੀ, ਵੀ ਤੁਹਾਡਾ ਅਸੀਂ ਕਿਵੇਂ ਸੋਲਵ ਕਰਾਈਏ,
ਅੰਗਰੇਜ਼ ਨੇ ਐਲਾਨ ਕਰਤਾ ਸੀਗਾ 1944 ਦੀ ਜੰਗ ਤੋਂ ਬਾਅਦ ਬ੍ਰਿਟਿਸ਼ ਪਾਰਲੀਮੈਂਟ 'ਚ ਉੱਥੋਂ ਦੇ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਨੇ ਵੀ ਅਸੀਂ ਇੱਕ ਸਾਲ ਦੇ ਵਿੱਚ 46 ਤੱਕ ਆ ਜਿਹੜਾ ਤੁਹਾਡਾ ਹਿੰਦੁਸਤਾਨ ਛੱਡ ਕੇ ਆ ਜਾਣਾ ਅਤੇ ਤੁਸੀਂ ਆਪਦਾ ਪਿੱਛੇ ਸੰਵਿਧਾਨ ਬਣਾ ਲਓ ਵੀ ਇਹ ਮੁਲਕ ਨੂੰ ਚਲਾਉਣਾ ਕਿਵੇਂ। ਬਿਲਕੁਲ। ਤਾਂ ਇਹ ਜਦੋਂ ਇਹਨਾਂ ਦਾ ਕੋਈ ਫੈਸਲਾ ਨਹੀਂ ਸੀ ਹੁੰਦਾ ਤਾਂ ਕੈਬਨਿਟ ਮਿਸ਼ਨ ਆ ਜਿਹੜਾ ਇੱਥੇ ਇੰਡੀਆ ਆਇਆ, ਉਹਨੇ ਇਹ ਫੈਸਲਾ ਕਰਾਇਆ ਬੜੀ ਗੱਲਬਾਤ ਤੋਂ ਬਾਅਦ, ਕਿਉਂਕਿ ਜਿਹੜੀ ਮੁਸਲਿਮ ਲੀਗ ਸੀ ਉਹ ਕਹਿੰਦੀ ਸੀ ਵੀ ਸਾਡਾ ਵੱਖਰਾ ਮੁਲਕ ਚਾਹੀਦਾ, ਅਤੇ ਸਿੱਖਾਂ ਨੇ ਕਦੇ ਨਹੀਂ ਕਿਹਾ ਵੀ ਸਾਡਾ ਵੱਖਰਾ ਮੁਲਕ ਚਾਹੀਦਾ, ਅਤੇ ਬਲਕਿ ਉਹਨਾਂ ਨੇ ਹਰ ਗੱਲ 'ਤੇ ਪਾਕਿਸਤਾਨ ਦਾ ਵਿਰੋਧ ਕੀਤਾ ਵੀ ਅਸੀਂ ਪਾਕਿਸਤਾਨ ਮੰਨਦੇ, ਅਲਟੀਮੇਟਲੀ ਅਸੀਂ ਵੀ ਜੇ ਪਾਕਿਸਤਾਨ ਦੇ ਨਾਲ ਨਹੀਂ ਜਾਣਾ ਅਤੇ ਅਸੀਂ ਵੱਖਰਾ ਨਹੀਂ ਲੈਣਾ ਅਤੇ ਹਿੰਦੂਆਂ ਨਾਲ ਹੀ ਰਹਿਣਾ। ਤਾਂ ਉਹ ਇੱਕ ਜਿਹੜਾ 45 ਸਮਝੌਤਾ ਸੀਗਾ ਕੈਬਨਿਟ ਮਿਸ਼ਨ ਵਾਲਾ, ਉਹਦੇ 'ਚ ਇਹ ਸੀ ਵੀ ਇੱਕ ਤੁਹਾਡੀ ਸੰਵਿਧਾਨ ਘੜਨੀ ਅਸੈਂਬਲੀ ਬਣੂਗੀ, ਸੰਵਿਧਾਨ ਘੜਨੀ ਜਿਹੜੀ ਅਸੈਂਬਲੀ ਸੀਗੀ ਉਹ ਸੀਗੀ ਵੀ ਜਿਵੇਂ ਅੱਜ ਕੱਲ੍ਹ ਰਾਜ ਸਭਾ ਬਣਦੀ ਹੈ ਨਾ, ਵਿਧਾਨ ਸਭਾ ਵਾ ਉਹਦੇ 'ਚ ਇਲੈਕਟਡ ਸੀਗੀਆਂ, 46 ਦੇ ਵਿੱਚ ਇਲੈਕਸ਼ਨ ਹੋਈ ਸੀ, ਉਹ ਆਪਣੇ ਨੁਮਾਇੰਦੇ ਚੁਣਨਗੀਆਂ ਅਤੇ ਉਵੇਂ ਵਿਧਾਨ ਸਭਾ ਨੇ ਆਪਣੇ ਜਿਹੜੇ ਨੁਮਾਇੰਦੇ ਆ ਚੁਣੇ, ਅਤੇ ਜਿਹੜੀਆਂ ਰਿਆਸਤਾਂ ਸੀਗੀਆਂ ਉਹਨਾਂ ਨੇ ਵੀ ਆਪਦੇ ਨੁਮਾਇੰਦੇ ਭੇਜੇ। ਪਹਿਲੀ ਗੱਲ ਤਾਂ ਉੱਥੋਂ ਹੀ ਸਿੱਖਾਂ ਨੂੰ ਪਤਾ ਲੱਗ ਜਾਣਾ ਚਾਹੀਦਾ ਸੀ ਬਿਲਕੁਲ ਵੀ ਅਸੀਂ ਪਾਕਿਸਤਾਨ ਦਾ ਵਿਰੋਧ ਕੀਤਾ, ਅਸੀਂ ਉਹਨਾਂ ਨਾਲ ਜਾਣਾ ਨਹੀਂ ਅਤੇ ਉਹਨਾਂ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਨੇ ਸਾਡੇ ਜਿਹੜੀ ਹਿੱਤਾਂ ਦੀ ਕੋਈ ਗਰੰਟੀ ਦੀ ਜ਼ਿੰਮੇਵਾਰੀ ਉਹਨਾਂ ਦੀ ਨਹੀਂ ਹੈ, ਹਿੱਤਾਂ ਦੀ ਜ਼ਿੰਮੇਵਾਰੀ ਸੀਗੀ ਸਾਰੀ ਹਿੰਦੂ ਬਹੁ ਗਿਣਤੀ। ਜਦੋਂ 1945 ਦਾ ਸਮਝੌਤਾ ਹੋਇਆ ਸਿੱਖਾਂ ਨੇ ਵੀ ਉਹ 'ਤੇ ਸਾਈਨ ਕਰਤੇ, ਅੱਖਾਂ ਮੀਚ ਕੇ ਕਹਿ ਲਓ ਜਾਂ ਅੱਖਾਂ ਖੋਲ੍ਹ ਕੇ ਕਹਿ ਲਓ, ਉੱਥੋਂ ਹੀ ਜਿਹੜੀ ਸਿੱਖਾਂ ਦੀ ਹੋਣੀ 'ਤੇ ਸਿੱਖਾਂ ਨੇ ਸਾਈਨ ਕਰਤੇ ਸੀ, ਫਿਰ ਜਿਹੜੇ ਦੋ ਦੇ ਵਿਰੋਧ ਕਰਨ ਦਾ ਕੋਈ ਮਤਲਬ ਨਹੀਂ ਸੀ ਰਹਿ ਜਾਂਦਾ। ਉਦੋਂ ਦੇਖੋ ਜਦੋਂ ਕਈ ਫੈਸਲੇ ਹੁੰਦੇ ਆ ਪੋਲੀਟੀਕਲ, ਕਈ ਫੈਸਲੇ ਛੱਡੇ ਜਾਂਦੇ ਆ ਕਮਿਸ਼ਨਾਂ ਦੇ ਕਮੇਟੀਆਂ 'ਤੇ, ਉਹ ਕਮਿਸ਼ਨਾਂ ਦੇ ਕਮੇਟੀਆਂ ਦੇ ਜਿਹੜੇ ਫੈਸਲੇ ਛੱਡੇ ਜਾਂਦੇ ਆ ਉਹ ਨਿਹਰੇ ਬਹੁ ਗਿਣਤੀ ਦੇ ਹੱਥ 'ਚ ਹੁੰਦੇ ਆ ਵੀ ਕਿਵੇਂ ਕਰਨ। ਹੁਣ ਜਿਵੇਂ ਪਾਣੀਆਂ ਦਾ ਮਸਲਾ ਸੀਗਾ ਉਹ ਰਾਡੀ ਕਮਿਸ਼ਨ ਨੂੰ ਦੇ ਤਾ, ਅਤੇ ਉਹ ਤਾਂ ਫਿਰ ਤਾਂ ਰਾਡੀ ਕਮਿਸ਼ਨ ਜਿਹਨੇ ਬਣਾਇਆ ਉਹਦੀ ਉੱਥੇ ਪੋਲੀਟੀਕਲ ਜਦੋਂ ਲੋਕ ਵਾਲ ਨੇ ਸਮਝੌਤਾ ਕੀਤਾ ਉੱਥੇ ਹੀ ਹੁੰਦਾ ਵੀ ਸਾਨੂੰ ਕੀ ਦਿੰਦੇ ਹੋ ਤੁਸੀਂ। ਜਦੋਂ 1945 ਵਾਲੇ ਖਰੜੇ 'ਤੇ ਸਿੱਖਾਂ ਨੇ ਸਾਈਨ ਕੀਤੇ ਆ ਤਾਂ ਉਦੋਂ ਹੀ ਇਹ ਖੁੰਝ ਗਏ, ਉਦੋਂ ਖੁੰਝ ਗਏ ਅਤੇ ਫਿਰ ਜਦੋਂ ਇਹ ਮੁਲਕ ਆਜ਼ਾਦ ਹੋ ਗਿਆ, ਜਦੋਂ ਵੱਖਰਾ ਮੁਲਕ ਲੈਣ ਤੋਂ ਦੀ ਗੱਲ ਹੀ ਨਹੀਂ ਕੀਤੀ, ਪਾਕਿਸਤਾਨ ਨੇ ਜਾਣ ਤੋਂ ਪਹਿਲਾਂ ਇਨਕਾਰ ਕਰਤਾ ਅਤੇ ਬਕਾਇਆ ਕੀ ਸੀ ਵੀ ਅਸੀਂ ਹਿੰਦੂਆਂ ਨਾਲ ਰਹਿਣਾ ਜਾਂ ਹਿੰਦੁਸਤਾਨ 'ਚ ਰਹਿਣਾ, ਅਤੇ ਜਦੋਂ ਤੁਸੀਂ ਉੱਥੇ ਕੋਈ ਆਪਸ਼ਨ ਹੀ ਨਹੀਂ ਛੱਡੀ ਤੁਹਾਡੀ ਗੱਲ ਅਗਲੇ ਕਿਉਂ ਮੰਨਣਗੇ। ਪੋਲੀਟੀਕਲ ਜਿਹੜੀ ਸਿਆਣਪ ਇਹ ਮੰਗ ਕਰਦੀ ਆ ਵੀ ਸਾਡੇ ਵਾਸਤੇ ਸਾਰੇ ਬਦਲ ਖੁੱਲ੍ਹੇ ਨੇ, ਤੁਸੀਂ ਦੱਸੋ ਸਾਨੂੰ ਕੀ ਦਿੰਦੇ ਹੋ, ਤੁਸੀਂ ਕੀ ਦਿੰਦੇ ਹੋ, ਉਹਨੂੰ ਬਾਰਗੇਨਿੰਗ ਜਿਹਨੂੰ ਕਹਿੰਦੇ ਆ, ਉੱਥੋਂ ਕੁਛ ਖੱਟਿਆ ਜਾ ਸਕਦਾ। ਬਾਕੀ ਜਿਹੜੀਆਂ ਸੰਵਿਧਾਨ ਸਭਾਵਾਂ ਕਮੇਟੀਆਂ ਇੱਥੋਂ ਦਾ ਕੁਛ ਲੈਣ ਦੇਣ ਨੂੰ ਹੈ ਹੀ ਨਹੀਂ ਸੀ, ਜੋ ਕੁਛ ਹੋਣਾ ਸੀ ਉਹ ਹੋਇਆ। ਠੀਕ ਹੈ, ਮੰਡਿਆਣੀ ਸਾਹਿਬ ਮੈਨੂੰ ਯਾਦ ਆ ਵੀ ਪਿਛਲੀ ਵਾਰ ਵੀ ਆਪਾਂ ਜਦੋਂ ਗੱਲ ਕੀਤੀ ਸੀ ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਪੁੱਛਿਆ ਸੀ ਵੀ ਜਿਹੜੇ ਸਾਈਨ ਕਰਨ ਵਾਲੇ ਆ, ਜਿਹੜੇ ਦਸਤਖਤ ਕਰਨ ਵਾਲੇ ਸਿੱਖ ਨਵੇਰੇ ਆ, ਉਹਨਾਂ ਦੇ ਨਾਮ ਕੀ ਸੀ? ਇੱਕ ਸੀਗਾ
ਰਤਨ ਸਿੰਘ ਐਮਐਲਏ ਰਤਨ ਸਿੰਘ ਮੋਗੇ ਤੋਂ ਐਮਐਲਏ ਸੀ ਠੀਕ ਹੈ ਤੇ ਇੱਕ ਤਾਂ ਰਤਨ ਸਿੰਘ ਇਹ ਸੀਗਾ ਜਿਹੜਾ ਸੁਖਜੀਤ ਸਿੰਘ ਕਾਕਾ ਲੋਹੜੀ ਐਮਐਲਏ ਆ ਇਹਦਾ ਦਾਦਾ ਸੀ ਉਹ ਨਹੀਂ ਉਹ ਤੋਂ ਇਲਾਵਾ ਅੱਛਾ ਇੱਕ ਹੋਰ ਰਤਨ ਸਿੰਘ ਸੀ ਉਹ ਮੈਂਬਰ ਸੀ ਉਸ ਵੇਲੇ ਐਮਐਲਏ ਸੀਗਾ ਐਮਐਲਏ ਸੀ ਤੇ ਉਹ ਮੈਂਬਰ ਵੀ ਸੀਗਾ ਠੀਕ ਹੈ ਸੋ ਇਹ ਚਾਰ ਬੰਦੇ ਗਿਆਨੀ ਗੁਰਮੁਖੀ ਗਾਬਰ ਸਰਦਾਰ ਬਹਾਦਰ ਰਣਜੀਤ ਸਿੰਘ ਸੁਖਜੀਤ ਸਿੰਘ ਔਜਲਾ ਅਤੇ ਰਤਨ ਸਿੰਘ ਐਮਐਲਏ ਆ ਜਿਹੜੇ ਇਹ ਚਾਰਾਂ ਬੰਦਿਆਂ ਨੇ ਆ ਜਿਹੜੇ ਉਹਦੇ 'ਤੇ ਸਾਈਨ ਕੀਤੇ ਉਹ ਹੁਕਮ ਸਿੰਘ ਅਤੇ ਜਿਹੜਾ ਆਪਣੇ ਭੁਪਿੰਦਰ ਸਿੰਘ ਜੀ ਉਹਨਾਂ ਦੋਨਾਂ ਨੇ ਇਨਕਾਰ ਕਰਤਾ ਕਿ ਸਿੱਖ ਇਸ ਸੰਵਿਧਾਨ ਨੂੰ ਮੰਨਦੇ ਨਹੀਂ ਇਸ ਸੰਵਿਧਾਨ ਨੂੰ ਪ੍ਰਵਾਨ ਨਹੀਂ ਕਰਦੇ ਇਸ ਸੰਵਿਧਾਨ ਨੂੰ ਰੱਦ ਕਰਦੇ ਆ ਕਿਉਂਕਿ ਇਹ ਸੰਵਿਧਾਨ ਜਿਹੜਾ ਸਿੱਖਾਂ ਨਾਲ ਵਾਅਦੇ ਕੀਤੇ ਗਏ ਸੀ ਉਹਨਾਂ 'ਤੇ ਪੂਰਾ ਨਹੀਂ ਉਤਰਦਾ ਸੋ ਮਡਿਆਣੀ ਸਾਹਿਬ ਜਿਹੜੇ ਮਤਲਬ ਵਾਅਦਿਆਂ ਦੀ ਗੱਲ ਕੀਤੀ ਗਈ ਸੀ ਜਿਹੜੇ ਕਾਂਗਰਸ ਨੇ 1929 'ਚ ਵੀ ਕੀਤਾ ਉਹ ਤੋਂ ਬਾਅਦ 1946 'ਚ ਵੀ ਕੀਤਾ ਫਿਰ ਮਾਰਚ 47 'ਚ ਕੀਤਾ ਸੋ ਉਹ ਜਿਹੜੇ ਵਾਅਦੇ ਸੀ ਜਿਹੜੇ ਆਪਾਂ ਸਾਰੇ ਉਹਦੇ ਬਾਰੇ ਜਾਣਦੇ ਹੀ ਹਾਂ ਚਾਹੇ ਉਹ ਨਹਿਰੂ ਨੇ ਕਿਹਾ ਅਤੇ ਚਾਹੇ ਉਹ ਮਹਾਤਮਾ ਗਾਂਧੀ ਨੇ ਕਿਹਾ ਬਈ ਅਸੀਂ ਸਿੱਖਾਂ ਨੂੰ ਇਸ ਦੇਸ਼ ਦੇ ਵਿੱਚ ਇੱਕ ਅਜਿਹਾ ਆਜ਼ਾਦ ਕਿੱਤਾ ਦੇਵਾਂਗੇ ਜਿੱਥੇ ਉਹ ਆਜ਼ਾਦੀ ਦਾ ਨਿੱਘ ਮਾਣ ਸਕਣ ਹਾਂਜੀ ਇਹ ਦੇਖੋ ਜਦੋਂ ਆਪਾਂ ਉਲਾਂਭਾ ਦੇਣ ਵੇਲੇ ਇਹ ਗੱਲ ਕਰਦੇ ਹਾਂ ਚਲੋ ਠੀਕ ਵੀ ਆ ਹੋ ਸਕਦਾ ਇਹਨਾਂ ਨੂੰ ਬੜੇ ਵਾਅਦੇ ਕੀਤੇ ਵੀ ਹੋਣ ਇੱਕ ਜਿਹੜਾ ਮਹਾਤਮਾ ਗਾਂਧੀ ਦਾ ਵਾਅਦਾ ਵਾਰ ਵਾਰ ਸਿੱਖ ਯਾਦ ਦਿਲਾਉਂਦੇ ਆ ਉਹ ਸੀ ਗੁਰਦੁਆਰਾ ਸੀਸਗੰਜ ਸਾਹਿਬ ਦੇ ਬਾਹਰ ਜਾਂ ਅੰਦਰ ਉਹਨੇ ਕੀਤਾ ਸੀ ਉਹ ਦੇਖੋ ਕਿੱਡਾ ਗੋਲ ਮੋਲ ਵਾਅਦਾ ਸੀ ਕਿ ਮੈਨੂੰ ਸਿੱਖਾਂ ਵੱਲੋਂ ਕੋਈ ਇਹੋ ਜਿਹਾ ਖਿੱਤਾ ਲੈਣ ਵਿੱਚ ਕੋਈ ਇਤਰਾਜ਼ ਨਹੀਂ ਹੋਊਗਾ ਜਿੱਥੇ ਸਿੱਖ ਨਿੱਘ ਮਾਣ ਸਕਣ ਇਹ ਨਹੀਂ ਵੀ ਮੈਂ ਸਪੋਰਟ ਕਰਦਾ ਜੇ ਮਿਲਦਾ ਮੈਨੂੰ ਇਤਰਾਜ਼ ਕੋਈ ਨਹੀਂ ਵੀ ਤੇਰਾ ਇੱਕ ਇਤਰਾਜ਼ ਨਹੀਂ ਹੋਊ ਤੇ ਇਹਨੇ ਨਾਲ ਹੀ ਸਾਨੂੰ ਮਿਲ ਜਾਣਾ ਤੇ ਜਿਹਨੇ ਦੇਣਾ ਉਹ ਉਹਨਾਂ ਦਾ ਵਾਅਦਾ ਕਰਾ ਤੂੰ ਉਹ ਕਾਂਗਰਸ ਦਾ ਪ੍ਰਧਾਨ ਨਹੀਂ ਕੁਛ ਤੂੰ ਇੱਕ ਉਹਨਾਂ ਦਾ ਮਹਾਤਮਾ ਤੂੰ ਕਹਿੰਦਾ ਮੈਨੂੰ ਇਤਰਾਜ਼ ਨਹੀਂ ਹੋਊਗਾ ਦੇਖੋ ਹੁਣ ਜਿਹੜਾ ਇਤਰਾਜ਼ ਆ ਉਹ ਤਾਂ ਜੇ ਢਿੱਡ ਦੇ ਆ ਉਹਦੇ ਇਤਰਾਜ਼ 'ਚ ਵੀ ਫਰਕ ਆ ਢਿੱਡ 'ਚ ਤੇਰੇ ਇਤਰਾਜ਼ ਆ ਮੂੰਹ ਤੇ ਨਹੀਂ ਕਹੇਗਾ ਤੇ ਉਹਦੇ 'ਚ ਕੀ ਫਰਕ ਆ ਦੇਖੋ ਲਿਖਤੀ ਵਾਅਦਾ ਜਿਹੜਾ ਕੋਈ ਨਹੀਂ ਲਿਆ ਤੇ ਨਾ ਹੀ ਉਹਨਾਂ ਨੇ ਕੀਤਾ ਇੱਕ ਜਿਹੜੀ ਸਰਦਾਰ ਕਪੂਰ ਸਿੰਘ ਨੇ ਸਾਚੀ ਸਾਖੀ ਲਿਖੀ ਆ ਤੇ ਉਹਦੇ 'ਚ ਮਾਸਟਰ ਬਕੌਰ ਮਾਸਟਰ ਤਾਰਾ ਸਿੰਘ ਉਹਨਾਂ ਨੇ ਪਾਇਆ ਵੀ ਜਨਾਹ ਸਾਨੂੰ ਜਿਹੜੇ ਵਾਅਦੇ ਕਰਦਾ ਸੀਗਾ ਵਾਅਦਾ ਇਹ ਸੀਗਾ ਉਹਦਾ ਵੀ ਪੰਜਾਬ ਦਾ ਚੀਫ ਮਿਨਿਸਟਰ ਅਤੇ ਗਵਰਨਰ ਦੋਨਾਂ 'ਚੋਂ ਇੱਕ ਸਿੱਖ ਹੋਊਗਾ ਅਤੇ ਕੋਈ ਸੰਵਿਧਾਨ ਸਿੱਖਾਂ ਮੁਤਲਕ ਇਹੋ ਜਿਹਾ ਨਹੀਂ ਬਣਾਇਆ ਜਾਊਗਾ ਜਿਹਦੇ ਜਿਹੜਾ ਸਿੱਖਾਂ ਨੂੰ ਕਾਬਲੇ ਕਬੂਲ ਨਾ ਹੋਵੇ ਅਤੇ 40-60 ਦੀ ਜਿਹੜੀ ਫੌਜ ਦੀ ਨਫਰੀ ਦਾ ਤਨਾਸਬ ਵੀ ਉਹ 'ਚ ਮੰਨਿਆ ਗਿਆ ਸੀ ਆਪਣੇ ਮਾਸਟਰ ਤਾਰਾ ਸਿੰਘ ਕਹਿੰਦਾ ਵੀ ਉਹ ਲਿਖਤੀ ਵਾਅਦਾ ਨਹੀਂ ਸੀ ਕਰਦਾ ਤੇ ਲਿਖਤੀ ਵਾਅਦਾ ਤਾਂ ਦੂਜਿਆਂ ਨੇ ਵੀ ਨਹੀਂ ਸੀ ਕਰਿਆ ਉਹਨੂੰ ਕਿਉਂ ਮੰਨ ਲਿਆ ਅਸਲ ਜਿਹੜੀ ਦੇਖੋ ਜਿਹੜੀ ਵਿਚਲੀ ਕੁੰਡੀ ਇਹ ਆ ਜਿਹੜੀ ਕਦੇ ਖੁੱਲ੍ਹ ਕੇ ਸਾਹਮਣੇ ਨਹੀਂ ਆਈ ਉਹ ਇਹ ਆ ਵੀ ਸਿੱਖ ਲੀਡਰਸ਼ਿਪ ਨੇ ਉਹੀ ਕੀਤਾ ਜੋ ਸਿੱਖ ਕੌਮ ਚਾਹੁੰਦੀ ਸੀ ਸਿੱਖ ਕੌਮ ਕੀ ਚਾਹੁੰਦੀ ਸੀ ਸਿੱਖ ਕੌਮ ਨੇ ਅੱਜ ਤੱਕ ਵੀ ਆਪਣੇ ਆਪ ਨੂੰ ਕਦੇ ਹਿੰਦੂਆਂ ਨਾਲੋਂ ਧਾਰਮਿਕ ਅਲੈਦਗੀ ਦਾ ਅਹਿਸਾਸ ਕੀਤਾ ਹੀ ਨਹੀਂ ਕਿ ਅਸੀਂ ਉਹਨਾਂ ਨੂੰ ਧਾਰਮਿਕ ਤੌਰ 'ਤੇ ਅਲੱਗ ਜਦੋਂ ਇੱਕ ਮਿੱਕ ਹੀ ਉਹਨਾਂ ਨੂੰ ਮੰਨ ਲਿਆ ਉੱਥੇ ਅਸੀਂ ਤੁਸੀਂ ਦਾ ਜਿਹੜਾ ਭੇਦ ਆ ਉਹ ਨਹੀਂ ਰਿਹਾ ਅਤੇ ਜਦੋਂ ਅਸੀਂ ਤੁਸੀਂ ਦਾ ਭੇਦ ਨਹੀਂ ਆਪਾਂ ਆ ਗਿਆ ਠੀਕ ਹੈ ਤਾਂ ਫਿਰ ਇਹ ਤਾਂ ਸਾਹਮਣੇ ਗੱਲ ਆ ਹੀ ਨਹੀਂ ਸਕਦੀ ਵੀ ਸਾਨੂੰ ਕੀ ਮਿਲਦਾ ਤੇ ਤੁਹਾਨੂੰ ਕੀ ਮਿਲਿਆ ਆਪਾਂ ਨੂੰ ਕੀ ਆ ਗਿਆ ਆਪਾਂ ਨੂੰ ਹਿੰਦੁਸਤਾਨ ਜਦੋਂ ਇਹ ਅਸੀਂ ਤੁਸੀਂ ਦਾ ਭੇਦ ਨਹੀਂ ਸੀ ਆਪਾਂ 'ਚ ਇੱਕ ਮਿੱਕ ਸੀਗੇ ਸਾਰੇ ਠੀਕ ਹੈ ਤਾਂ ਉੱਥੇ ਫਿਰ ਇਹ ਜਿਹੜੀਆਂ
ਕੁਛ ਕੌਮ ਨੇ ਕੀ ਸੋਚਣਾ ਸੀ ਵੀ ਸਾਨੂੰ ਕੀ ਮਿਲਦਾ ਜਦੋਂ ਸਾਨੂੰ ਤੁਹਾਨੂੰ ਤਾਂ ਸਵਾਲ ਹੀ ਨਹੀਂ ਹੈ ਜਦੋਂ ਕੌਮ ਨੇ ਨਹੀਂ ਕੁਛ ਇਹੋ ਜਿਹਾ ਸੋਚਿਆ ਤੇ ਫਿਰ ਲੀਡਰਾਂ ਨੇ ਕੀ ਸੋਚਣਾ ਸੀ ਲੀਡਰ ਕੋਈ ਵੱਖ ਥੋੜ੍ਹੀ ਚੱਲ ਸਕਦੇ ਸੀ ਕੌਮ ਤੋਂ ਇਹ ਬਰਿਆਣੀ ਸਾਹਿਬ ਆਪਾਂ ਮਤਲਬ ਸਾਰਾ ਸਿੱਖ ਇਤਿਹਾਸ ਵੀ ਪੜ੍ਹਦੇ ਹਾਂ ਅੱਜ ਤੱਕ ਜੋ ਵਰਤਾਰਾ ਚੱਲ ਰਿਹਾ ਵਾ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਆਖਰ ਨੂੰ ਸਿੱਖਾਂ ਦੇ ਮਨ ਦੇ ਵਿੱਚ ਇਹ ਭਾਵਨਾ ਕਿਹਨੇ ਭਰਤੀ ਆ ਕਿ ਜਿਹੜਾ ਹਿੰਦੂ ਆ ਉਹ ਸਾਡਾ ਬੜਾ ਹਤੈਸ਼ੀ ਆ ਅਤੇ ਮੁਸਲਮਾਨ ਆ ਜਿਹੜਾ ਉਹ ਸਾਡਾ ਬੜਾ ਦੁਸ਼ਮਣ ਹੈ ਤੋ ਇਹ ਭਾਵਨਾ ਦੇ ਅਧੀਨ ਹੀ ਹੁਣ ਤੱਕ ਮੈਨੂੰ ਲੱਗਦਾ ਕਿ ਸਿੱਖ ਕੌਮ ਆ ਜਿਹੜੀ ਜਿਹੜੀ ਸਾਡੀ ਸਭ ਤੋਂ ਵੱਡੀ ਜਮਾਤ ਆ ਜਿਹੜੀ ਦੁਸ਼ਮਣ ਜਮਾਤ ਆ ਹਿੰਦੂ ਤੋਂ ਬਾਅਦ ਜਿਹੜਾ ਜਿਹੜਾ ਮਤਲਬ ਸਿੱਖਾਂ ਨੂੰ ਹੜੱਪਣ ਵਾਲੇ ਪਾਸੇ ਤੁਰਿਆ ਹੋਇਆ ਉਹਨੂੰ ਅਸੀਂ ਸਮਝਿਆ ਕਿ ਇਹ ਸਾਡੇ ਨੇ ਅਤੇ ਚਲੋ ਉਹ ਇੱਕ ਵੱਖਰਾ ਫਿਰਕਾ ਵਾ ਵੱਖਰਾ ਧਰਮ ਆ ਜਿਹੜਾ ਉਹਨਾਂ ਦੇ ਨਾਲ ਆ ਜਿਹੜਾ ਉਹ ਅਸੀਂ ਨਫ਼ਰਤ ਦੀ ਨਜ਼ਰ ਨਾਲ ਦੇਖਦੇ ਹਾਂ ਇਹ ਇਸ ਭਾਵਨਾ ਨੇ ਮੈਂ ਇਹ ਤੋਂ ਵੀ ਗਾਂਹ ਕਹਿਣਾ ਜੀ ਤੁਸੀਂ ਤਾਂ ਇਹ ਕਿਹਾ ਨਾ ਵੀ ਇਹ ਅਹਿਸਾਸ ਕਿੱਥੋਂ ਆਇਆ ਜੀ ਕਿ ਹਿੰਦੂ ਸਾਡੇ ਹਮਾਇਤੀ ਨੇ ਅਤੇ ਮੁਸਲਮਾਨ ਦੁਸ਼ਮਣ ਨੇ ਜੀ ਇਹ ਵੀ ਨਹੀਂ ਆਇਆ ਵੀ ਹਿੰਦੂ ਸਾਡੇ ਹਮਾਇਤੀ ਨੇ ਉਹ ਕਹਿੰਦੇ ਵੀ ਹਿੰਦੂ ਹੀ ਆ ਅਸੀਂ ਇਹ ਇਹ ਤੋਂ ਵੀ ਥੱਲੇ ਜਾ ਕੇ ਉਹ ਸੋਚਦੇ ਸੀ ਜੀ ਜਦੋਂ ਇਹ ਆ ਗਿਆ ਵੀ ਅਸੀਂ ਹਿੰਦੂ ਹੀ ਹਾਂ ਜੀ ਤਾਂ ਫਿਰ ਆ ਜਿਹੜਾ ਤੁਹਾਡੇ ਵਾਲੀ ਸੋਚ ਆ ਵੀ ਇਹ ਇਹ ਕਿੱਥੋਂ ਅਹਿਸਾਸ ਆ ਗਿਆ ਤਾਂ ਇਹ ਤਾਂ ਨੈਕਸਟ ਸਟੈਪ ਆ ਜੀ ਫਿਰ ਹੁਣ ਅਸੀਂ 550 ਸਾਲ ਪਿੱਛੇ ਨੂੰ ਜੇ ਜਾਵਾਂਗੇ ਗੁਰੂ ਨਾਨਕ ਪਾਤਸ਼ਾਹ ਦਾ ਬੇਨਦੀ ਵਾਲਾ ਜਿਹੜਾ ਉਹ ਸੀਨ ਯਾਦ ਕਰਾਂਗੇ ਕਿ ਨਾ ਹਾਂ ਹਿੰਦੂ ਨਾ ਮੁਸਲਮਾਨ ਫਿਰ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਇਹ ਸੁਨੇਹਾ ਦਿੱਤਾ ਸੀ ਵੀ ਨਾ ਤਾਂ ਤੁਸੀਂ ਹਿੰਦੂ ਹੋ ਨਾ ਮੁਸਲਮਾਨ ਹੋ ਇਹਨਾਂ ਦੇ ਜਿਹੜੇ ਪਖੰਡ ਨੇ ਇਹਨਾਂ ਦੇ ਕਰਮ ਕਾਂਡ ਨੇ ਇਹਨਾਂ ਦੇ ਅਡੰਬਰ ਨੇ ਜਿਹੜੇ ਉਹਨਾਂ ਦਾ ਤੁਹਾਡੇ ਨਾਲ ਕੋਈ ਵਾਹ ਵਾਸਤਾ ਨਹੀਂ ਪਰ ਫਿਰ ਵੀ ਅਸੀਂ ਹਮ ਹਿੰਦੂ ਹਾਂ ਅਤੇ ਕਿਉਂ ਅਟਕੇ ਹੋਏ ਹਾਂ ਦੇਖੋ ਹੁਣ ਇਹ ਤਾਂ ਬੜਾ ਡੂੰਘਾ ਸਵਾਲ ਆ ਜੀ ਇਹਦੇ 'ਤੇ ਕਦੇ ਡਿਸਕਸ਼ਨ ਹੀ ਨਹੀਂ ਹੋਈ ਜੀ ਕਿਉਂਕਿ ਆਪਾਂ ਦੋ ਲਫ਼ਜ਼ਾਂ 'ਚ ਇਹਦਾ ਕੋਈ ਜਵਾਬ ਦੇ ਦਈਏ ਉਹ ਢੁਕਵਾਂ ਨਹੀਂ ਹੋਊਗਾ ਜੀ ਅਤੇ ਇਹ ਤਾਂ ਹਮੇਸ਼ਾ ਇਹੀ ਕਹਿੰਦੇ ਆ ਵੀ ਅਸੀਂ ਵੱਧ ਕੇ ਹਿੰਦੂ ਹਾਂ ਜੀ ਅਸੀਂ ਖਾੜਕੂ ਹਿੰਦੂ ਹਾਂ ਅਸੀਂ ਮੂਰਲੀ ਕਤਾਰ ਦੇ ਹਿੰਦੂ ਹਾਂ ਅਸੀਂ ਹਿੰਦੂਆਂ ਦੀ ਇਨਫੈਂਟਰੀ ਹਾਂ ਜੀ ਕਦੇ ਉਹਨਾਂ ਨੂੰ ਵੱਖਰੇ ਨਹੀਂ ਮੰਨਿਆ ਜੀ ਸੋ ਇਹ ਜਿਹੜਾ ਮਤਲਬ ਜਿਹੜੀ ਗੱਲ ਕੀਤੀ ਹੈ ਕਿ ਜਿਹੜਾ ਇਹ ਸਾਡੇ 'ਚ ਅਹਿਸਾਸ ਆ ਇਹਨੇ ਮਤਲਬ ਤੁਸੀਂ ਸਮਝਦੇ ਹੋ ਕਿ ਜਿਹੜਾ ਕੌਮ ਦਾ ਬਹੁਤ ਵੱਡਾ ਨੁਕਸਾਨ ਕੀਤਾ ਗਿਆ ਜਿਸ ਸਾਡੇ ਸਿੱਖੀ ਸਰਾਜ ਸਿੱਖ ਪਰੰਪਰਾਵਾਂ ਸਿੱਖ ਮਰਿਆਦਾ ਦਾ ਇੱਕ ਤਰ੍ਹਾਂ ਦਾ ਵੱਡੇ ਪੱਧਰ 'ਤੇ ਘਾਣ ਹੋ ਗਿਆ ਇੱਥੋਂ ਤੱਕ ਕਿ ਗੁਰੂ ਨਾਨਕ ਪਾਤਸ਼ਾਹ ਦੀਆਂ ਮੂਰਤੀਆਂ ਵੀ ਬਣਨ ਲੱਗ ਗਈਆਂ ਉਹਨਾਂ ਦੀ ਪੂਜਾ ਵੀ ਹੋਣ ਲੱਗ ਗਈ ਗੁਰਦੁਆਰਿਆਂ ਦੇ ਵਿੱਚ ਵੀ ਸਾਰੇ ਕਰਮ ਕਾਂਡ ਆ ਜਿਹੜੇ ਉਹ ਹੋਣ ਲੱਗ ਪਏ ਤਾਂ ਤੁਹਾਨੂੰ ਲੱਗਦਾ ਕਿ ਇਹ ਜਿਹੜੀ ਸਿੱਖ ਕੌਮ ਦੇ ਵਿੱਚ ਇਹ ਜਿਹੜਾ ਤੁਸੀਂ ਗੱਲ ਕੀਤੀ ਆ ਕਿ ਅਸੀਂ ਤਾਂ ਹਿੰਦੂ ਹਾਂ ਇਹ ਸੋਚ ਆ ਜਿਹੜੀ ਇਹਦਾ ਭਾਗੂ ਰਹਿਣ ਕਰਕੇ ਅੱਜ ਜਿਹੜਾ ਸਿੱਖੀ ਦਾ ਨਿਆਰਾ ਅਤੇ ਨਰਾਲਾ ਪਾਉਣਾ ਉਹਨੂੰ ਵੱਡਾ ਖਤਰਾ ਖੜਾ ਹੋ ਗਿਆ ਬਿਲਕੁਲ ਜੀ ਉਹ ਤਾਂ ਹੈਗੇ ਜੀ ਪਹਿਲੇ ਦਿਨ ਤੋਂ ਹੀ ਖਤਰਾ ਅਸੀਂ ਤਾਂ ਨਰਾਲੇ ਪਾਉਣ ਦਾ ਨੂੰ ਟਾਈਮ ਟੂ ਟਾਈਮ ਖੋਰਾ ਲੱਗਦਾ ਬਿਲਕੁਲ ਸੋ ਇਹ ਗੱਲ ਹਿੰਦੂ ਤੋਂ ਵੀ ਤਾਕਤਾਂ ਸਮਝਦੀਆਂ ਨੇ ਕਿ ਜਦੋਂ ਤੱਕ ਸਿੱਖੀ ਦਾ ਨਿਆਰਾ ਨਰਾਲਾ ਪਾਉਣਾ ਇਹਨੂੰ ਖਤਮ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਗੁਰਬਾਣੀ ਅਤੇ ਗੁਰੂ ਸਾਹਿਬ ਦੇ ਜਿਹੜੇ ਸਿਧਾਂਤ ਆ ਇਹ ਇਹਨਾਂ ਨੂੰ ਗੋਰਾ ਨਹੀਂ ਲਾਇਆ ਜਾ ਸਕਦਾ ਉਦੋਂ ਤੱਕ ਜਿਹੜਾ ਉਹ ਸੋਚ ਰਹੇ ਨੇ ਕਿ ਸਿੱਖ ਕੌਮ ਦੀ ਹੋਂਦ ਆ ਜਿਹੜੀ ਇਹਨੂੰ ਇਹਨੂੰ ਨਿਗਲਣਾ ਵਾ ਇਹਨੂੰ ਇਹਨੂੰ ਮੇਟਣਾ ਵਾ ਇਹਨੂੰ ਖਤਮ ਕਰਨਾ ਸ਼ਾਇਦ ਉਹਨਾਂ ਨੂੰ ਲੱਗਦਾ ਕਿ ਉਦੋਂ ਤੱਕ ਅਸੀਂ ਸਫਲ ਨਹੀਂ ਹੋਵਾਂਗੇ ਅਤੇ ਇਸੇ ਕਰਕੇ ਉਹਨਾਂ ਦੇ ਜਿਹੜੇ ਸਾਰੇ ਹੱਲੇ ਨੇ ਉਹ ਸਿੱਖੀ ਦੇ ਨਿਆਰੇ ਬਣਦੇ ਨੇ ਨਰਾਲੇ ਬਣਦੇ ਨੇ ਅਤੇ ਸਿੱਖ ਸਿਧਾਂਤਾਂ ਦੇ ਨੇ ਤੁਸੀਂ ਦੇਖੋ ਵੀ ਹਰੇਕ ਪਿੰਡ ਦੇ ਵਿੱਚ ਚਾਰ ਚਾਰ ਗੁਰਦੁਆਰੇ ਨੇ ਹੋਵੇ ਕੋਈ ਸ਼ੱਕ ਨਹੀਂ ਰੋਜ਼ ਉੱਥੇ ਨਿਤਨੇਮ ਹੁੰਦਾ ਜਪਜੀ ਸਾਹਿਬ ਵਾਸਤੇ ਵਾਰ ਪੜੀ ਜਾਂਦੀ ਪੂਰੇ ਲਾਊਡ ਸਪੀਕਰਾਂ ਦੀ ਫੁੱਲ ਆਵਾਜ਼ ਹੁੰਦੀ ਇੱਕ ਦੂਜੇ ਨਾਲ ਐਨ ਪੂਰੀ ਜਿਹਦਾ ਫੁੱਲ ਆਵਾਜ਼ ਦੇ ਵਿੱਚ ਇੱਕੋ ਜਿਹੜੀ ਇੱਕੋ ਰਲਾਉਂਦੇ ਆ ਪਤਾ ਨਹੀਂ ਕੀ ਕਰਦੇ ਉਹਦੇ ਨਾਲ ਥੋੜ੍ਹੀ ਜਿਹੀ ਦੂਰ ਜਾ ਕੇ ਉਹ ਪੂਰਾ ਲਫ਼ਜ਼ ਸਮਝ ਵੀ ਨਹੀਂ ਆਉਂਦਾ ਕੀ ਇਹ ਇੱਕ ਤੁਸੀਂ ਦੇਖੋ ਵੀ ਇਹ ਸਾਜਿਸ਼ ਹੈ ਜਾਂ ਕੀ ਆ ਕਦੇ ਵੀ ਇਹ ਨਹੀਂ ਹੋਇਆ ਵੀ ਉੱਥੇ ਜਪਜੀ ਸਾਹਿਬ 'ਤੇ ਜਿਹੜੀ ਪਾਸਾ ਦੀ ਵਾਰ ਆ ਉਹਦੇ ਕਿਸੇ ਨੇ ਅਰਥ ਦੱਸੇ
ਜੇ ਅਰਥ ਦੱਸਣ ਤਾਂ ਉੱਥੋਂ ਹੀ ਪਤਾ ਲੱਗ ਜਾਵੇ ਵੀ ਅਸੀਂ ਨਿਆਰੇ ਹਾਂ ਜੀ, ਅਰਥ ਨਹੀਂ ਦੱਸਣੇ ਜੀ, ਬਸ ਉਹਨਾਂ ਦੀ ਆਵਾਜ਼ ਇੰਨੀ ਗੂੰਜਾਂ ਪਵਾ ਦੇਣੀਆਂ ਵੀ ਇਹ ਸੁਣਿਆ ਬਣਾ ਕਿਸੇ ਨੂੰ ਸਮਝ ਹੀ ਨਾ ਲੱਗੇ ਕੀ ਹੋ ਰਿਹਾ ਵਾ, ਜੇ ਮਤਲਬ ਪਾਠ ਕੀਤਾ ਵੀ ਜਾਂਦਾ ਤੇ ਉਹ ਸਮਝ ਨਾ ਲੱਗੇ ਸਮਝ ਨਾ ਲੱਗੇ। ਸੋ ਇਹ ਜਿਵੇਂ ਤੁਸੀਂ ਮੰਡੇਟੀ ਸਾਹਿਬ ਗੱਲ ਕੀਤੀ ਹੈ ਕਿ ਸਟੈਪ ਬਾਈ ਸਟੈਪ ਮਤਲਬ ਬਹੁਤ ਸਾਰੇ ਕਾਰਨ ਨੇ ਜਿਹੜੇ ਅੱਜ ਮਤਲਬ ਸਿੱਖੀ ਨੂੰ ਹੋਰਾਂ ਲਾਉਣ ਦੇ ਲਈ ਜ਼ਿੰਮੇਵਾਰ ਬਣੇ ਹੋਏ ਨੇ। ਸੋ ਸਾਨੂੰ ਉਹਨਾਂ ਬਾਰੇ ਵੀ ਆ ਜਿਹੜਾ ਜਾਗਰੂਕ ਹੋਣਾ ਪਊਗਾ, ਲੰਬੀ ਬਹਿਸ ਦੀ ਵੀ ਲੋੜ ਆ, ਲੰਬੇ ਵਿਚਾਰ ਵਟਾਂਦਰੇ ਦੀ ਵੀ ਲੋੜ ਆ। ਤੇ ਗੁਰੂ ਨਾਨਕ ਸਾਹਿਬ ਦੀ ਸ਼ਤਾਬਦੀ ਦੇ ਵਿੱਚ ਜਿਹੜੇ ਸੈਮੀਨਾਰ ਹੁੰਦੇ ਨੇ, ਜਿਹੜੇ ਸਮਾਗਮ ਹੋਇਆ ਸੁਲਤਾਨਪੁਰ ਲੋਧੀ ਵੀ, ਇਹ ਚੀਜ਼ 'ਤੇ ਜ਼ੋਰ ਦਿੱਤਾ ਗਿਆ ਕਿ ਗੁਰੂ ਨਾਨਕ ਸਾਹਿਬ ਇਕੱਲੇ ਸਿੱਖਾਂ ਦੇ ਗੁਰੂ ਨਹੀਂ, ਸਭ ਦੇ ਸਾਂਝੇ ਸੀ ਵੀ ਗੁਰੂ ਨਾਨਕ ਸਾਹਿਬ ਦੀ ਜਿਹੜੀ ਬਾਣੀ ਹੈ ਇੱਕ ਓਂਕਾਰ ਤੋਂ ਸ਼ੁਰੂ ਹੁੰਦੀ ਹੈ ਜੀ, ਅਤੇ ਜਿਹੜਾ ਇੱਕ ਓਂਕਾਰ ਤੋਂ ਇਨਕਾਰੀ ਆ ਉਹ ਗੁਰੂ ਨਾਨਕ ਦਾ ਸਿੱਖ ਕਿਵੇਂ ਹੋ ਗਿਆ, ਕਿਵੇਂ ਹੋ ਗਿਆ ਧੱਕੇ ਨਾਲ, ਮਤਲਬ ਸਾਰਿਆਂ ਨੂੰ ਸਿੱਖ ਬਣਾ ਕੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਉਹਨਾਂ ਦਾ ਫਲਸਫਾ ਉਹਨੂੰ ਧੁੰਦਲਾ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਮੈਂ ਇਸ ਫਲਸਫੇ ਨੂੰ ਮੰਨਦਾ ਹੀ ਨਹੀਂ ਤੇ ਮੇਰੇ ਐਵੇਂ ਕਹੀ ਜਾਣਾ ਵੀ ਨਹੀਂ ਜੀ ਇਹ ਤਾਂ ਸਾਰੀ ਦੁਨੀਆ ਹੀ ਉਸ ਫਲਸਫੇ ਨੂੰ ਪ੍ਰਵਾਨ ਕਰਦੀ, ਸਾਨੂੰ ਇਸ ਗੱਲ ਨੂੰ ਮੰਨਣਾ ਚਾਹੀਦਾ, ਇਸ ਗੱਲ ਨੂੰ ਪ੍ਰਵਾਨ ਕਰਨਾ ਚਾਹੀਦਾ ਕਿ ਆਹ ਗੁਰੂ ਨਾਨਕ ਸਾਹਿਬ ਦਾ ਫਲਸਫਾ ਸੀ, ਇਹ ਨਿਆਰਾ ਤੇ ਨਿਰਾਲਾ ਪੰਥ ਆ ਜਿਹੜਾ ਉਹਨਾਂ ਦੇ ਫਲਸਫੇ ਕਰਕੇ ਹੋਣ 'ਚ ਆਇਆ। ਸੋ ਜਿਹੜਾ ਉਹਨੂੰ ਪ੍ਰਵਾਨ ਕਰਦਾ ਵਾ ਉਹ ਜੀ ਸਕੇ ਜੀਆਂ ਨੂੰ ਉਹਨਾਂ ਦਾ ਸਵਾਗਤ ਕਰੋ, ਉਹਨਾਂ ਨੂੰ ਤੁਸੀਂ ਧੱਕੇ ਮਾਰ ਰਹੇ ਹੋ, ਅੱਜ ਸਤਨਾਮੀਏ ਨੇ, ਅੱਜ ਬਣਜਾਰੇ ਨੇ, ਅੱਜ ਜਿਹੜੇ ਇਸ ਸਿੱਖਣੀ ਕਰ ਰਹੇ ਉਹ ਉਹਨਾਂ ਨੂੰ ਤਾਂ ਅਸੀਂ ਧੱਕੇ ਮਾਰਦੇ ਹਾਂ ਵੀ ਤੁਹਾਡਾ ਤੁਹਾਡਾ ਸਿੱਖੀ ਨਾਲ ਕੋਈ ਵਾਸਤਾ ਨਹੀਂ, ਵੀ ਪ੍ਰਯੋਗ ਜੋ ਹਟ ਜਾਓ, ਤੁਸੀਂ ਕਹੋ ਗਰੀਬ ਹੁੰਦੇ ਹੋ। ਅਤੇ ਜਿਹੜੇ ਆ ਸ਼੍ਰੀ ਸ਼੍ਰੀ ਰਵੀ ਸ਼ੰਕਰ ਵਰਗੇ ਇਹਨਾਂ ਨੂੰ ਅਸੀਂ ਸੱਦੇ ਦਿੰਦੇ ਹਾਂ, ਦੇਖੋ ਜੀ ਗੁਰੂ ਨਾਨਕ ਸਾਹਿਬ ਨੇ ਸਰਬ ਸਾਂਝੀ ਗੱਲ ਕੀਤੀ, ਆਓ ਤੁਸੀਂ ਆ ਕੇ ਸੈਮੀਨਾਰ 'ਤੇ ਗੱਲ ਕਰੋ, ਅਤੇ ਉਹ ਆ ਕੇ ਆਪਦੇ ਉਹ ਜਿਹੜੀ ਧਿਆਨ ਧਰਮ ਦੀ ਗੱਲ ਕਰਦਾ। ਉਹ ਗੱਲ ਤਾਂ ਵੀ ਉਹਨਾਂ ਨੇ ਸਰਬ ਸਾਂਝੀ ਨਹੀਂ ਕੀਤੀ, ਉਹਨਾਂ ਨੇ ਤਾਂ ਇੱਕ ਓਂਕਾਰ ਦੀ ਗੱਲ ਕੀਤੀ ਹੈ, ਜਿਹੜੇ ਉਹਦੇ ਨਾਲ ਸਾਂਝ ਪਾਉਣਾ ਚਾਹੁੰਦੇ ਆ ਉਹ ਗੁਰੂ ਦੇ ਸਿੱਖ ਨੇ, ਜਿਹੜੇ ਸਾਂਝ ਨਹੀਂ ਪਾਉਣਾ ਚਾਹੁੰਦੇ, ਅਸੀਂ ਜ਼ਬਰਦਸਤੀ ਗੁਰੂ ਨਾਨਕ ਸਾਹਿਬ ਨੂੰ ਸਾਂਝੇ ਬਣਾਈਏ, ਇਹ ਤਾਂ ਨਜਾਇਜ਼ ਹੈ। ਬਿਲਕੁਲ ਬਿਲਕੁਲ ਠੀਕ ਹੈ, ਦੇਖੋ ਜਿਹੜਾ ਹੁੰਦਾ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਇੱਕ ਓਂਕਾਰ ਦੇ ਉਹ ਇਸ ਨਿਰਮਲੇ ਪੰਥ ਦਾ ਮਤਲਬ ਆਪਾਂ ਕਿਸ ਕਹਿ ਸਕਦੇ ਸਿੱਖ ਹੋ ਸਕਦਾ, ਮੈਂਬਰ ਹੋ ਸਕਦਾ ਵਾ, ਗੁਰੂ ਸਾਹਿਬ ਨੂੰ ਮੰਨਣ ਵਾਲਿਆਂ 'ਚ ਸ਼ਾਮਿਲ ਹੋ ਸਕਦਾ ਵਾ, ਪਰੰਤੂ ਜਿਹੜਾ ਬੰਦਾ ਇਹਨਾਂ ਸਿਧਾਂਤਾਂ ਤੋਂ ਕੋਹਾਂ ਦੂਰ ਆ ਉਹਨੂੰ ਅਸੀਂ ਕਿਵੇਂ ਕਹਿ ਦਈਏ ਵੀ ਨਹੀਂ ਜੀ ਇਹ ਵੀ ਸਿੱਖੀ ਦੇ ਘੇਰੇ 'ਚ ਆ। ਉਹੋ ਜਿਹੇ ਅਸੀਂ ਲੋਕ ਨੇ ਜਿਹੜੇ, ਚਾਹੇ ਮੋਦੀ ਸੀ ਚਾਹੇ ਰਾਸ਼ਟਰਪਤੀ ਕੋਵਿੰਦ ਸੀ, ਉਹੋ ਜਿਹੇ ਸੀ ਜਿਹੜੇ ਅਸੀਂ ਲਿਆ ਕੇ ਬਿਠਾ ਦਿੱਤੇ 550 ਸਾਲਾਂ 'ਤੇ। ਸੋ ਜਿਹੜਾ ਗੁਰੂ ਨਾਨਕ ਸਾਹਿਬ ਦਾ ਅਸਲ ਫਲਸਫਾ ਵਾ ਜਿਹੜਾ ਉਸ ਵੇਲੇ ਚਾਹੇ ਜਿਨ੍ਹਾਂ ਨੇ ਵੀ ਉਹਨੂੰ ਪ੍ਰਵਾਨ ਕੀਤਾ, ਅੱਜ ਜਿਹਨੇ ਵੀ ਉਹਨੂੰ ਪ੍ਰਵਾਨ ਕਰਦੇ ਨੇ, ਉਹ ਇੱਕ ਨਿਆਰਾ ਨਿਰਾਲਾ ਫਲਸਫਾ ਵਾ, ਉਹ ਉਸ ਨੂੰ ਅਸੀਂ ਕਿਸੇ ਵੀ ਤਰ੍ਹਾਂ ਉਹਦੇ 'ਚ ਕੋਈ ਮਿਲਾਵਟ ਆ ਜਿਹੜੀ, ਮੈਨੂੰ ਲੱਗਦਾ ਕਿ ਉਹ ਮਿਲਾਵਟ ਅਸੀਂ ਨਹੀਂ ਕਰ ਸਕਦੇ। ਹਾਂਜੀ, ਪਰੰਤੂ ਇਹ ਲੋਕ ਜਿਨ੍ਹਾਂ ਨੂੰ ਅਸੀਂ ਸੱਦੇ ਦੇ ਰਹੇ ਹਾਂ ਉਹ ਫਿਰ ਸਾਡੇ ਮਤਲਬ ਸਾਹਮਣੇ ਬੈਠ ਕੇ ਜਾਂ ਸਾਡੀ ਸਟੇਜ 'ਤੇ ਬੈਠ ਕੇ, ਸਾਡੇ ਮਤਲਬ ਮੇਜ਼ ਕੁਰਸੀ 'ਤੇ ਬੈਠ ਕੇ, ਸਾਡੇ ਸੈਮੀਨਾਰ 'ਚ ਬੈਠ ਕੇ ਉਹ ਉਸ ਫਲਸਫੇ ਦੇ ਵਿਰੁੱਧ ਆਪਣੀ ਜਿਹੜੀ ਗੱਲਾਂ ਉਹ ਕਰੀ ਜਾਂਦੇ ਆ। ਉਹ ਕਹਿੰਦੇ ਗੁਰੂ ਨਾਨਕ ਸਾਹਿਬ ਦਾ ਫਲਸਫਾ ਅਤੇ ਆ ਸ਼੍ਰੀ ਸ਼੍ਰੀ ਰਵੀ ਸ਼ੰਕਰ ਦਾ ਫਲਸਫਾ, ਇਹ ਦੋਨੇ ਫਲਸਫੇ ਜਿਹੜੇ ਇਕੱਠੇ ਕਿਵੇਂ ਜਾਣਗੇ? ਦੇਖੋ ਜੀ, ਉਹੀ ਤਾਂ ਹੈ ਵੀ ਜਿਹੜੇ ਤੁਸੀਂ ਲਿਆ ਕੇ ਉੱਥੇ ਬਿਠਾਏ ਆ ਜੀ, ਗੁਰੂ ਨਾਨਕ ਸਾਹਿਬ ਦੀ ਫਲਾਸਫੀ ਨੂੰ ਇੰਟਰਪ੍ਰੇਟ ਕਰਨ ਵਾਲੇ, ਵਿਆਖਿਆ ਕਰਨ ਵਾਲੇ ਜੀ, ਉਹਨਾਂ ਦੇ ਸਾਹਮਣੇ ਜੀ ਜੇ ਆਸਾ ਦੀ ਵਾਰ ਦੇ ਅਰਥ ਕੀਤੇ ਜਾਣ ਤਾਂ ਮੈਂ ਕਹਿੰਦਾ ਉੱਠ ਕੇ ਸਟੇਜ ਤੋਂ ਚਲੇ ਜਾਣਗੇ, ਕੋਈ ਸ਼ੱਕ ਨਹੀਂ। ਤੇ ਜੇ ਤਾਂ ਉਸ ਨੂੰ ਮੰਨਦੇ ਆ ਫਿਰ ਤਾਂ ਤੁਸੀਂ ਕਹਿ ਸਕਦੇ ਵੀ ਗੁਰੂ ਸਾਹਿਬ ਸਾਡੇ ਵੀ ਨੇ, ਤੇ ਜੇ ਤੁਸੀਂ ਉਹਨੂੰ ਮੰਨਦੇ ਹੀ ਨਹੀਂ ਉਲਟ ਚੱਲਦੇ ਹੋ। ਦੇਖੋ ਇਕੱਲਾ ਇਹ ਸ਼ਬਦ ਕਹਿ ਦੇਣ ਦੇ ਨਾਲ ਕਿ ਗੁਰੂ ਨਾਨਕ ਸਾਹਿਬ ਸਭ ਦੇ ਸਾਂਝੇ ਸੀ, ਇਹ ਇਕੱਲਾ ਸ਼ਬਦ ਕਹਿ ਦੇਣ ਦੇ ਨਾਲ ਤਾਂ ਕੰਮ ਨਹੀਂ ਨਾ ਚੱਲਦਾ।
ਗੁਰੂ ਨਾਨਕ ਸਾਹਿਬ ਸਭ ਦੇ ਸਾਂਝੇ ਸੀ, ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਗੁਰੂ ਨਾਨਕ ਸਾਹਿਬ ਨੇ ਜਿਹੜੀ ਗੱਲ ਕਹੀ ਉਹਨੂੰ ਪ੍ਰਵਾਨ ਕਿੰਨੇ ਕਰਦੇ ਨੇ? ਅਸੀਂ ਤਾਂ ਇਹ ਦੇਖਣਾ ਕਿ ਉਹਨੂੰ ਪ੍ਰਵਾਨ ਕਿੰਨੇ ਕਰਦੇ ਨੇ। ਜੇ ਹੁਣ ਮੈਂ ਸਿੱਖੀ ਸਰੂਪ 'ਚ ਹਾਂ, ਤੁਸੀਂ ਸਿੱਖੀ ਸਰੂਪ 'ਚੋਂ, ਜੇ ਮੈਂ ਹੀ ਨਹੀਂ ਮੰਨਦਾ ਤਾਂ ਮੈਂ ਗੁਰੂ ਨਾਨਕ ਸਾਹਿਬ ਦਾ ਕਾਹਦਾ ਸਿੱਖ ਹਾਂ? ਦੂਜਿਆਂ 'ਚ ਅਸੀਂ ਗੱਲ ਹੀ ਕੀ ਕਰਦੇ ਹਾਂ? ਸੋ ਗੁਰੂ ਨਾਨਕ ਸਾਹਿਬ ਦਾ ਸਿੱਖ ਉਹੀ ਹੈ ਜਿਹੜਾ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਮੰਨਦਾ। ਇਸ ਗੱਲ ਨੂੰ ਅਸੀਂ ਅੱਗੇ ਲੈ ਕੇ ਜਾਣਾ ਸੀ, ਪਰੰਤੂ ਉਹ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿ ਜਿਹੜੀ ਮਿਲਾਵਟ ਦੀ ਗੱਲ ਆ, ਉਹ ਦਿਨੋਂ ਦਿਨ ਆ ਜਿਹੜੀ ਸਾਡੀ ਕੌਮ ਦੇ ਵਿੱਚ ਵੱਧਦੀ ਜਾ ਰਹੀ ਹੈ, ਚਾਹੇ ਉਹ ਸਿਧਾਂਤਾਂ ਨੂੰ ਲੈ ਕੇ ਆ ਅਤੇ ਚਾਹੇ ਉਹ ਗੁਰਬਾਣੀ ਨੂੰ ਲੈ ਕੇ ਆ ਅਤੇ ਚਾਹੇ ਉਹ ਗੁਰ ਇਤਿਹਾਸ ਨੂੰ ਲੈ ਕੇ ਆ। ਸੋ ਅਸੀਂ ਆਪਣੇ ਦਰਸ਼ਕਾਂ ਦੇ ਰਾਹੀਂ ਇਹ ਸੁਨੇਹਾ ਜਿਹੜਾ ਸਮੁੱਚੀ ਕੌਮ ਨੂੰ ਦੇਣਾ ਚਾਹੁੰਦੇ ਹਾਂ ਕਿ ਅੱਜ ਲੋੜ ਆ ਕਿ ਅਸੀਂ ਉਸ ਗੁਰੂ ਦੇ ਨਿਆਰੇ ਨਿਰਾਲੇ ਨਿਰਮਲੇ ਪੰਥ ਦੇ ਜਿਹੜੇ ਸਿਧਾਂਤ ਨੇ, ਜਿਹੜਾ ਗੁਰੂ ਸਾਹਿਬ ਦਾ ਫਲਸਫਾ ਵਾ, ਜਿਹੜਾ ਉਹਨਾਂ ਨੇ ਜੀਵਨ ਜਾਚ ਸਾਨੂੰ ਸਿਖਾਈ ਆ, ਸਿਰਫ ਅਤੇ ਸਿਰਫ ਅਸੀਂ ਉਸ ਫਲਸਫੇ ਦੀ, ਉਸ ਜੀਵਨ ਜਾਚ ਦੀ ਗੱਲ ਆ ਜਿਹੜੀ ਉਹ ਕਰੀਏ। ਜਿਹੜੀ ਇਸ ਤਰ੍ਹਾਂ ਦੀ ਚਾਪਲੂਸੀ ਆ, ਮੈਨੂੰ ਲੱਗਦਾ ਕਿ ਸਿਰਫ ਚਾਪਲੂਸੀ ਲਈ ਅਸੀਂ ਉਹਨਾਂ ਨੂੰ ਸਭ ਸਾਂਝੇ ਬਣਾ ਦਈਏ, ਉਹ ਆ ਜਿਹੜਾ ਉਹ ਗੁਰੂ ਨਾਨਕ ਸਾਹਿਬ ਦੇ ਫਲਸਫੇ ਤੋਂ ਵੀ ਕੋਹਾਂ ਦੂਰ ਦੀ ਗੱਲ ਹੈ। ਸੋ ਮੜਿਆਣੀ ਸਾਹਿਬ, ਅਗਲੀ ਗੱਲ ਜਿਹੜੀ ਅੱਜ ਦੀ ਮਤਲਬ ਅਹਿਮ ਘਟਨਾ ਵਾ ਇਸ ਦੇਸ਼ ਦੇ ਵਿੱਚ ਵਾਪਰੀ ਆ ਕਿ ਮਹਾਰਾਸ਼ਟਰ ਦਾ ਡਰਾਮਾ, ਜਿਹੜਾ ਸਿਆਸੀ ਡਰਾਮਾ ਵਾ, ਲੰਬੇ ਸਮੇਂ ਤੋਂ ਚੱਲ ਰਿਹਾ, ਅੱਜ ਸੁਪਰੀਮ ਕੋਰਟ ਨੇ ਉਸ ਡਰਾਮੇ ਨੂੰ ਮਤਲਬ ਆਖਰੀ ਸਟੇਜ 'ਤੇ ਪਹੁੰਚਾ ਤਾ, ਹੁਕਮ ਸੁਣਾ ਤਾ ਕਿ ਕੱਲ੍ਹ ਨੂੰ 5 ਵਜੇ ਆ ਜਿਹੜਾ ਉਹ ਵਿਧਾਨ ਸਭਾ ਦੇ ਵਿੱਚ ਇਸ ਮੁੱਦੇ 'ਤੇ ਕਿ ਕਿਹਦੇ ਕੋਲ ਬਹੁਮਤ ਹੈਗਾ, ਕਿਹਦੇ ਕੋਲ ਬਹੁਮਤ ਨਹੀਂ ਹੈਗਾ, ਨੰਗੀ ਚਿੱਟੀ ਵੋਟਿੰਗ ਆ ਜਿਹੜੀ, ਜਿਹਦੀ ਵੀਡੀਓਗ੍ਰਾਫੀ ਵੀ ਕੀਤੀ ਜਾਵੇ, ਉਹ ਹੁਕਮ ਆ ਜਿਹੜੇ ਸੁਪਰੀਮ ਕੋਰਟ ਨੇ ਸੁਣਾ ਤੇ ਆ। ਸੋ ਤੁਹਾਨੂੰ ਕੀ ਲੱਗਦਾ ਕਿ ਸੁਪਰੀਮ ਕੋਰਟ ਦੇ ਇਹਨਾਂ ਹੁਕਮਾਂ ਤੋਂ ਬਾਅਦ ਜਿਹੜੀ ਅੱਜ ਦੀ ਪਰਿਸਥਿਤੀਆਂ ਦੇ ਵਿੱਚ ਖੇਡ ਚੱਲ ਰਹੀ ਆ, ਕੱਲ੍ਹ ਉਹਨਾਂ ਨੇ 162 ਬੰਦੇ ਆ ਜਿਹੜੇ ਉਹ NCP ਕਾਂਗਰਸ ਅਤੇ ਸ਼ਿਵ ਸੈਨਾ ਦੇ ਉਹ ਹੋਟਲ ਦੇ ਵਿੱਚ ਦਿਖਾਏ ਆ, ਪਰੰਤੂ ਦੂਜੇ ਪਾਸੇ ਜਿਹੜਾ ਭਾਜਪਾ ਨੇ ਇਹ ਕਦਮ ਚੱਕਿਆ, ਕਿਉਂਕਿ ਜੇ ਭਾਜਪਾ ਦੀ ਸਰਕਾਰ ਆ ਜਿਹੜੀ ਉਹ ਨਹੀਂ ਰਹਿੰਦੀ, ਉਹਨੂੰ ਅਸਤੀਫਾ ਦੇਣਾ ਪੈ ਜਾਂਦਾ, ਅਤੇ ਮੈਨੂੰ ਲੱਗਦਾ ਕਿ ਮੋਦੀ ਅਤੇ ਅਮਿਤ ਸ਼ਾਹ ਦੀ ਇਸ ਤੋਂ ਵੱਡੀ ਕਿਰਕਰੀ ਆ ਜਿਹੜੀ ਹੋਰ ਕੋਈ ਨਹੀਂ ਹੋ ਸਕਦੀ। ਸੋ ਕਿਤੇ ਨਾ ਕਿਤੇ ਉਹਨਾਂ ਨੇ ਵੀ ਇਹ ਪ੍ਰਬੰਧ ਕਰਕੇ ਹੀ ਆ ਜਿਹੜਾ ਇਹ ਜਿਹਾ ਕਦਮ ਚੱਕਿਆ ਹੋਊਗਾ। ਤੁਸੀਂ ਇਸ ਸਾਰੇ ਘਟਨਾ ਕ੍ਰਮ ਨੂੰ ਕੀ ਦੇਖਦੇ ਹੋ ਅਤੇ ਤੁਹਾਨੂੰ ਕੀ ਲੱਗਦਾ ਕਿ ਕੱਲ੍ਹ 5 ਵਜੇ ਤੋਂ ਬਾਅਦ ਕੀ ਵਾਪਰੂਗਾ? ਵੇਖੋ, ਜਿਹੜਾ ਤਾਂ ਬਹੁਮਤ ਦਿਸ ਰਿਹਾ ਜੀ, ਉਹ ਤਾਂ ਇਹ ਹੈ ਵੀ BJP ਕੋਲ ਨਹੀਂ, ਦੂਜਿਆਂ ਕੋਲ ਜੇ ਸਿੱਧੀ ਸਾਦੀ ਵੋਟਿੰਗ ਹੁੰਦੀ ਹੈ ਤਾਂ ਦੂਜਿਆਂ ਨੇ ਜਿੱਤਣਾ ਜੀ, ਤੇ ਪਰ ਇਹ ਵੀ ਹੋ ਸਕਦਾ, ਬੜਾ ਕੁਛ ਹੋਇਆ ਇੱਕ ਵਾਰੀ ਤਾਮਿਲਨਾਡੂ ਵਿਧਾਨ ਸਭਾ, ਜਿਹੜੇ ਵਿਰੋਧੀ ਧਿਰ ਦੇ MLA ਸੀ ਉਹ ਕੁੱਟ ਕੁੱਟ ਕੇ ਭਜਾਤੇ ਸੀ, ਇਹੋ ਜਿਹਾ ਕੁਛ ਵੀ ਸੰਭਵ ਹੈ ਇਸ ਮੁਲਕ 'ਚ? ਦੇਖੋ, ਚਾਹੇ BJP ਉੱਥੇ ਫਲੋਰ ਟੈਸਟ 'ਤੇ ਜਿੱਤੇ ਚਾਹੇ ਹਾਰੇ, ਪਰ ਜਿਹਨੂੰ ਇਹ ਨੈਤਿਕਤਾ ਕਹਿੰਦੇ ਮੋਰੈਲਿਟੀ, ਉਹਦੇ 'ਚ ਬਿਲਕੁਲ ਉਹਦਾ ਹਾਰ ਚੁੱਕੀ ਹੈ, ਬੁਰੀ ਤਰ੍ਹਾਂ ਹਾਰ ਚੁੱਕੀ ਹੈ, ਬੁਰੀ ਤਰ੍ਹਾਂ, ਕਿਉਂਕਿ ਜਦੋਂ ਤੱਕ ਇਹ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਇਹ ਕੁਛ ਕਰਦੇ ਹੁੰਦੇ ਸੀ ਤਾਂ BJP ਹੀ ਸਭ ਤੋਂ ਵੱਧ ਚੜ੍ਹ ਕੇ ਕਹਿੰਦੀ ਸੀ ਵੀ ਅਸੀਂ ਨੈਤਿਕਤਾ ਦੇ ਖੜੇ ਹਾਂ, ਅਸੀਂ ਨਹੀਂ ਇਹ ਕੰਮ ਕਰਾਂਗੇ। ਨਹੀਂ, ਮੈਂ ਤਾਂ ਸਮਝਦਾ ਕਿ ਨੈਤਿਕਤਾ ਦਾ ਸ਼ਬਦ ਆ ਜਿਹੜਾ ਉਹ ਭਾਰਤ ਦੀ ਸਿਆਸਤ 'ਚੋਂ ਉਹ ਪੂਰੀ ਤਰ੍ਹਾਂ ਮਾਈਨਸ ਹੋ ਗਿਆ, ਚਾਹੇ ਉਹ ਕੋਈ ਵੀ ਚਿਹਰਾ, ਚਾਹੇ BJP ਹੈ, ਚਾਹੇ ਕਾਂਗਰਸ ਹੈ, ਸਭ ਸੈਨਾ, ਚਾਹੇ ਕੋਈ ਹੋਰ ਵੀ ਚਿਹਰਾ। ਸੋ ਨੈਤਿਕਤਾ ਦੀ ਗੱਲ ਆ ਜਿਹੜਾ ਉਹ ਕੋਈ ਵੀ ਜੇ ਇਸ ਦੇਸ਼ ਦਾ ਸਿਆਸੀ ਆਗੂ ਕਰਦਾ ਵਾ ਤਾਂ ਇਹਦਾ ਮਤਲਬ ਜ਼ਿਆਦਾ ਉਹ ਖੁਦ ਮੂਰਖ ਆ ਜਾਂ ਮਤਲਬ ਦੇਸ਼ ਦੇ ਲੋਕਾਂ ਨੂੰ ਮੂਰਖ ਬਣਾ ਰਿਹਾ। ਸੋ ਹੁਣ ਤੁਸੀਂ ਇਹਨੂੰ ਵੈਸੇ ਅੱਗੇ ਮਤਲਬ ਕੀ ਆ ਜਿਹੜਾ ਜੋ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੇ ਉਹਦੇ ਮੁਤਾਬਕ ਤੁਸੀਂ ਇਹਨੂੰ ਅੱਗੇ ਕਿਵੇਂ ਦੇਖਦੇ ਹੋ ਕਿ ਆਉਣ ਵਾਲਾ ਜਿਹੜਾ ਦਿਨ ਆ ਜਿਹੜਾ ਉਹਦੇ ਵਿੱਚ ਕੀ ਸੰਭਾਵਨਾ? ਜਿਵੇਂ ਤੁਸੀਂ ਕਹਿਤਾ ਕਿ ਜਿਵੇਂ ਉਹਨਾਂ ਕੋਲ ਬਹੁਮਤ ਦਿਖਾਈ ਦੇ ਰਿਹਾ, ਪਰੰਤੂ BJP ਆ ਜਿਹੜੀ ਉਹ ਕੋਈ ਵੀ ਖੇਡ ਆ ਜਿਹੜੀ ਉਹ ਆਖਰੀ ਸਮੇਂ ਤੱਕ ਖੇਡ ਸਕਦੀ ਹੈ? ਦੇਖੋ, ਮੈਂ ਤੁਹਾਨੂੰ ਦੱਸਿਆ ਵੀ ਇੱਕ ਵਾਰੀ ਇਹ ਵੀ ਹੋਇਆ ਤਾਮਿਲਨਾਡੂ ਵਿਧਾਨ ਸਭਾ ਦੇ ਵਿੱਚ, ਅਤੇ ਉਹਨੇ ਕੀ ਕੀਤਾ, ਪੁਲਿਸ ਭੇਜ ਕੇ ਜੀ
ਤਾਂ MLA ਰੋਕ ਲਿਆ ਵਿਧਾਨ ਸਭਾ ਜਾਣੇ ਦੇ ਉੱਤੇ, ਜਿਹੜੇ ਚਲੇ ਵੀ ਗਏ ਸ਼ਾਇਦ ਉਹ ਵੀ ਘੜੀਸ ਘੜੂਸ ਕੇ ਬਾਹਰ ਲੈ ਆਉਂਦੇ ਅਤੇ ਬਹੁਮਤ ਲੈ ਲਿਆ, ਚਾਹੋ ਬਾਅਦ 'ਚ ਚਾਹੇ ਸਰਕਾਰ ਟੁੱਟ ਗਈ ਚਾਹੇ ਕੁਛ ਵੀ ਹੋਇਆ, ਇੱਥੋਂ ਤੱਕ ਵੀ ਇਸ ਮੁਲਕ 'ਚ ਸੰਭਵ ਸੰਭਵ ਹੈ ਸੰਭਵ ਹੈ, ਹਾਲਾਂਕਿ ਉਦੋਂ ਤਾਂ ਇੰਨੀ ਧੱਕੇਸ਼ਾਹੀ ਦਾ ਰਿਵਾਜ ਨਹੀਂ ਸੀ, ਹੁਣ ਤਾਂ ਰਿਵਾਜ ਹੋਰ ਵੀ ਵਧਿਆ। ਸੋ ਕਿਉਂਕਿ ਆਪਾਂ ਅੱਗੇ ਵੀ ਗੱਲ ਕੀਤੀ ਸੀਗੀ ਕਿ ਦੂਜੇ ਪਾਸੇ ਇਹ ਵੀ ਆ ਕਿ ਦੇਸ਼ ਦੀ ਸਨਅਤੀ ਰਾਜਧਾਨੀ ਮੰਨਿਆ ਜਾਂਦਾ, ਜਿਹੜਾ ਪੈਸੇ ਦਾ ਜ਼ੋਰ ਆ ਉਹਨੇ ਵੀ ਆਪਣਾ ਜ਼ੋਰ ਦਿਖਾਉਣਾ, ਉਹ ਮੈਨੂੰ ਲੱਗਦਾ ਫਿਲਹਾਲ ਤਾਂ ਨਹੀਂ, ਕਿਉਂਕਿ MLA ਉਹਨਾਂ ਦੇ ਸਾਹਮਣੇ ਬੈਠੇ ਆ ਜੀ, ਉਹਨਾਂ ਦਾ ਕੰਟੈਕਟ ਨਹੀਂ ਜੀ ਮਤਲਬ ਹੁਣ ਦਿੱਤਾ ਜਾ ਰਿਹਾ, ਜੇ ਇਹਨਾਂ ਨੂੰ ਟਾਈਮ ਮਿਲ ਜਾਂਦਾ ਜੀ ਫਿਰ ਜ਼ਰੂਰ ਸੰਭਵ ਸੀ, ਠੀਕ ਹੈ, ਹੁਣ ਸੰਭਾਵਨਾ ਘੱਟ ਆ ਉਸ ਚੀਜ਼ ਦੀ। ਤੁਹਾਨੂੰ ਲੱਗਦਾ ਕਿ ਹੁਣ ਜਿਹੜਾ MLA ਦਾ ਮੁੱਲ ਪੈਣਾ ਉਹ ਸ਼ਾਇਦ ਨਹੀਂ ਪਊਗਾ? ਨਹੀਂ, ਮੁੱਲ ਤਾਂ ਪਊਗਾ, ਇਹ ਤਾਂ ਬਾਅਦ ਪੈਂਦਾ ਰਹੂਗਾ ਜੀ, ਮਤਲਬ ਜਿਹੜਾ ਹੁਣ ਉਹਨਾਂ ਕੋਲ ਟਾਈਮ ਘੱਟ ਰਹਿ ਗਿਆ ਜੀ ਇਸ ਚੀਜ਼ ਨੂੰ ਮੈਨੇਜ ਕਰਨ ਨੂੰ ਜੀ, ਪੈਸੇ ਦੇਣੇ ਜਾਂ ਦੂਜਾ ਤੀਜਾ ਜੀ, ਅਤੇ ਇਹ ਤਾਂ ਬਾਅਦ ਪੈਂਦਾ ਰਹੂਗਾ, MLA ਨੂੰ ਪਤਾ ਵੀ ਅੱਜ ਸਸਤਾ ਕਰਨ ਨੂੰ ਮਹਿੰਗਾ ਵੀ ਆਪਣਾ ਰੇਟ ਹੋ ਸਕਦਾ, ਹੋ ਸਕਦਾ ਮੈਨੂੰ ਮਿਨਿਸਟਰੀ ਮਿਲ ਜਾਵੇ, ਕਾਰਪੋਰੇਸ਼ਨ ਮਿਲ ਜਾਵੇ ਜਾਂ ਹੋਰ ਹੋ ਜਾਵੇ, ਅਤੇ ਉਹ ਤਾਂ ਬਾਅਦ ਹੋਊਗਾ ਫਿਰ ਲਾਲ, ਮਤਲਬ ਅੱਜ ਦੀ ਤਰੀਕ ਜਿਹੜੀ ਕੱਲ੍ਹ ਨੂੰ ਹੋਣਾ ਉਦੋਂ ਤੱਕ ਨਹੀਂ ਹੁੰਦਾ। ਠੀਕ ਹੈ, ਤੁਹਾਨੂੰ ਲੱਗਦਾ ਕਿ ਕੱਲ੍ਹ ਦੀ ਤਰੀਕ 'ਚ ਕੁਛ ਵੀ ਹੋ ਸਕਦਾ? ਇਹ ਵੀ ਹੋ ਸਕਦਾ ਕਿ ਜਿਹੜਾ ਤਿੰਨ ਪਾਰਟੀਆਂ ਦਾ ਗੱਠਜੋੜ ਹੈ NCP ਸ਼ਿਵ ਸੈਨਾ ਅਤੇ ਕਾਂਗਰਸ ਦਾ, ਇਹਨੇ ਜਿਵੇਂ 162 ਬੰਦੇ ਆਪਣੇ ਹੱਕ 'ਚ ਦਿਖਾਏ ਆ ਉਹ ਉਹਦੇ ਹੱਕ 'ਚ ਹੀ ਭੁਗਤੇ ਜਾਣ, ਹੋਰ ਵੀ ਉਹਨਾਂ ਨੇ ਫੈਸਲਾ ਕੀਤਾ 33 ਗੱਠਜੋੜ ਨੇ ਬਈ ਜੇ ਕੋਈ ਵਿਰੋਧ 'ਚ ਵੋਟ ਪਾਉਂਦਾ ਜੀ ਤਾਂ ਉਹਦੀ ਜਿਹੜੀ ਸੀਟ ਖਾਲੀ ਹੁੰਦੀ ਆ ਜੀ, ਜਿਵੇਂ ਇੱਥੇ ਬਾਦਲ ਸਾਹਿਬ ਨੇ ਰਿਵਾਜ਼ ਪਾਇਆ ਸੀ ਨਾ ਵੀ ਕਾਂਗਰਸ ਦੇ MLA ਤੋੜਿਆ, ਉੱਤੋਂ ਅਸਤੀਫਾ ਦਵਾਇਆ, ਦੁਬਾਰੇ ਆਪਦੀ ਪਾਰਟੀ ਦੇ ਇਲੈਕਸ਼ਨ ਲੜਾਈ ਦੇ MLA ਦੁਬਾਰੇ ਬਣਾਤਾ ਜੀ, ਉਹ ਕਹਿੰਦੇ ਵੀ ਜੇ ਉਹ MLA ਦੁਬਾਰੇ ਇਲੈਕਸ਼ਨ ਲੜੂਗਾ ਆਪਾਂ ਤਿੰਨੇ ਜਾਣੇ ਉਹਦੇ ਖਿਲਾਫ ਇੱਕ ਕੈਂਡੀਡੇਟ ਖੜਾਵਾਂਗੇ, ਜਾਣੀ ਉਹਦੇ ਹਾਰ ਦੇ ਚਾਂਸ ਵਧਣਗੇ, ਉਹਦੇ ਨਾਲ ਵੀ ਕੁਛ MLA ਡਰੇ ਹੋਣਗੇ ਜੀ। ਸੋ ਵਡੈਡ ਸਾਹਿਬ ਜੀ, ਇਹ ਤਾਂ ਰਹੀ ਗੱਲ ਮਹਾਰਾਸ਼ਟਰ ਦੀ ਕਿ ਮਹਾਰਾਸ਼ਟਰ ਦੇ ਵਿੱਚ ਕੱਲ੍ਹ ਨੂੰ ਜਿਹੜਾ ਉਹ 5 ਵਜੇ ਤੋਂ ਬਾਅਦ ਕਿਹਦੀ ਸਰਕਾਰ ਬਣਦੀ ਆ ਕਿਹਦੀ ਨਹੀਂ ਬਣਦੀ ਆ ਉਹ ਸਾਫ਼ ਹੋਊਗਾ, ਦੂਜੇ ਪਾਸੇ ਕੱਲ੍ਹ ਨੂੰ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਆ ਉਹ ਵੀ ਚੁਣਿਆ ਜਾਣਾ ਵਾ, ਉਹਦੇ ਲਈ ਅੱਜ ਜਿਹੜੇ ਸਾਰੇ ਸ਼੍ਰੋਮਣੀ ਕਮੇਟੀ ਮੈਂਬਰ ਨੇ ਉਹ ਉੱਥੇ ਇਕੱਠੇ ਕੀਤੇ ਹੋਏ ਨੇ, ਅਤੇ ਤੁਹਾਨੂੰ ਕੀ ਲੱਗਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਪ੍ਰਧਾਨ ਆ ਉਹ ਜਦੋਂ ਦਾ ਬਾਦਲਾਂ ਦਾ ਕਬਜ਼ਾ ਹੋਇਆ ਵਾ ਸਿੱਖ ਸਿਆਸਤ 'ਤੇ, ਉਦੋਂ ਬਾਅਦ ਬਾਦਲਾਂ ਦੇ ਲਿਫਾਫੇ 'ਚੋਂ ਨਿਕਲਦਾ ਰਿਹਾ ਵਾ, ਸੋ ਹੁਣ ਜਿਹੜਾ ਨਵਾਂ ਪ੍ਰਧਾਨ ਕੱਲ੍ਹ ਆਉਣਾ ਵਾ ਸਾਡੇ ਸਾਹਮਣੇ, ਭਾਵੇਂ ਕਿ ਉਹ ਡਰਾਮੇ ਕੀਤੇ ਜਾ ਰਹੇ ਜੀ ਅਸੀਂ ਸਲਾਹ ਲਈ ਆ ਜੀ ਅਸੀਂ ਆਹ ਕੀਤਾ ਜੀ ਅਸੀਂ ਉਹ ਕੀਤਾ ਜੀ, ਉਹ ਨਵਾਂ ਪ੍ਰਧਾਨ ਆ ਜਿਹੜਾ ਉਹ ਸੁਖਬੀਰ ਬਾਦਲ ਦੀ ਮਰਜ਼ੀ ਦੇ ਨਾਲ ਆਉਣਾ, ਅੱਗੇ ਵੱਡੇ ਬਾਦਲ ਦੀ ਮਰਜ਼ੀ ਵੀ ਵਿੱਚ ਜਾਂਦੀ ਸੀਗੀ, ਸੋ ਹੁਣ ਸੁਖਬੀਰ ਬਾਦਲ ਦੀ ਮਰਜ਼ੀ ਆ ਜਿਹੜੀ ਉਹ ਚੱਲਣੀ ਆ, ਤੁਹਾਨੂੰ ਕੀ ਲੱਗਦਾ ਕਿ ਇਹਦੇ ਵਿੱਚ ਜਿਹੜਾ ਪਿਛਲਿਆਂ ਦੇ ਨਾਲੋਂ ਹੁਣ ਕੁਝ ਤਬਦੀਲੀ ਆ ਸਕਦੀ ਹੈ? ਕਹਿੰਦੇ ਵੀ ਬਾਦਲ ਸਾਹਿਬ ਦੀਆਂ ਤਾਂ ਬਾਦਲ ਸਾਹਿਬ ਹੀ ਜਾਣਨ, ਹੋਰ ਕਿਸੇ ਨੂੰ ਨਹੀਂ ਪਤਾ ਜੀ, ਕਿਉਂਕਿ ਚਾਹੇ ਇਹੀ ਰਹਿ ਜਾਵੇ ਚਾਹੇ ਕੋਈ ਹੋਰ ਬਣ ਜਾਵੇ ਬਾਦਲਾਂ ਨੂੰ ਕੋਈ ਫਰਕ ਨਹੀਂ ਜੀ, ਉਹਨਾਂ ਦਾ ਤਾਂ ਜੀ ਜੁੜਿਆ ਹੋਣਾ ਜਿਹੜਾ ਵੀ ਹੋਇਆ ਜੀ, ਇਹ ਤਾਂ ਚਲੋ ਨੌ ਦੀ ਖੇਡ ਆ, ਕੋਈ ਲੌਂਗੋਵਾਲ ਨਾ ਬਣਿਆ ਕੋਈ ਹੋਰ ਬਣ ਗਿਆ ਜੀ, ਪਰ ਇੱਕ ਚੀਜ਼ ਮੈਂ ਦਰਸ਼ਕਾਂ ਨਾਲ ਸਾਂਝੀ ਕਰਦਾ, ਖਾਸ ਕਰਕੇ ਜਿਹੜੇ ਛੋਟੀ ਉਮਰ ਦੇ ਆ ਜੀ, ਵੀ ਇਹ ਜਿਹੜਾ ਲਿਫਾਫੇ 'ਚੋਂ ਪ੍ਰਧਾਨ ਨਿਕਲਣ ਵਾਲੀ ਗੱਲ ਸੀ ਜੀ, ਇਹ ਲਿਫਾਫਾ ਕਲਚਰ ਬਰਨਾਲੇ ਟਾਈਮ 'ਤੇ ਸ਼ੁਰੂ ਹੋ ਗਿਆ ਸੀ, ਠੀਕ ਹੈ, ਜਦੋਂ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਸੀ ਅਤੇ ਪਾਰਟੀ ਦਾ ਪ੍ਰਧਾਨ ਵੀ ਉਹੀ ਸੀ,
ਠੀਕ ਹੈ 85 ਦੀ ਗੱਲ 85 ਚ ਜੀ ਅਗਸਤ ਚੋਂ ਪ੍ਰਧਾਨ ਬਣਿਆ ਜੋ ਲੋਂਗੋਲੀਆ ਦੀ ਡੈਥ ਹੋ ਗਈ ਨਵੰਬਰ ਚ ਸਤੰਬਰ ਚ ਹੋਰ ਚੀਫ ਮਿਨਿਸਟਰ ਬਣ ਜਾਂਦਾ ਜੀ ਤਾਂ ਟੋੜਾ ਸਾਹਿਬ ਉਦੋਂ ਪ੍ਰਧਾਨ ਸੀਗੇ ਜੀ ਅਗਲੀ ਵਾਰੀ ਵੀ ਉਹਨਾਂ ਨੂੰ ਬਣਾਉਣਾ ਸੀ ਜੀ ਤਾਂ ਬਰਨਾਲੇ ਨੇ ਕਿਹਾ ਵੀ ਬਣਾਵਾਂਗੇ ਤੈਨੂੰ ਹੀ ਜੀ ਪਰ ਉੱਥੇ ਮੈਂ ਲਿਫਾਫਾ ਭੇਜੂੰਗਾ ਲਿਫਾਫੇ 'ਚੋਂ ਤੇਰਾ ਨਾਮ ਨਿਕਲੋ ਅੱਛਾ ਟੋੜਾ ਅੜ ਗਿਆ ਕਹਿੰਦਾ ਮੈਂ ਲਿਫਾਫੇ 'ਚੋਂ ਨਹੀਂ ਨਿਕਲਣਾ ਅੱਛਾ ਤਾਂ ਟੋੜਾ ਸਾਹਿਬ ਦਾ ਜਿਹੜਾ ਪ੍ਰਧਾਨਗੀ ਦੇ ਉਮੀਦਵਾਰੀ ਦਾ ਐਲਾਨ ਇੱਕ ਦਿਨ ਪਹਿਲਾਂ ਕਰਤਾ ਸੀ ਅੱਛਾ ਉਦੋਂ ਵੀ ਨਵੰਬਰ 'ਚ ਜਿਹੜੀ ਇਲੈਕਸ਼ਨ ਹੋਈ ਸੀ ਜੀ ਪ੍ਰਧਾਨ ਨੂੰ ਛੱਡ ਕੇ ਸੀਨੀਅਰ ਮੀਤ ਪ੍ਰਧਾਨ ਜਨਰਲ ਸੈਕਟਰੀ ਦੇ ਜਿਹੜੇ ਆਪਣੇ ਐਗਜੈਕਟਿਵ ਮੈਂਬਰ ਸੀ ਉਹ ਬਰਨਾਲਾ ਸਾਹਿਬ ਦੇ ਲਿਫਾਫੇ 'ਚੋਂ ਨਿਕਲੇ ਸੀ ਠੀਕ ਹੈ ਉਹ ਤੋਂ ਬਾਅਦ ਜਿਹੜੀ ਅਗਲੀ 86 ਵਾਲੀ ਇਲੈਕਸ਼ਨ ਹੋਈ ਹੈ ਉਹਦੇ 'ਚ ਅੱਡੋ ਅੱਡ ਹੋ ਗਏ ਸੀ ਉਦੋਂ ਟੋੜਾ ਸਾਹਿਬ ਜਿੱਤੇ ਸੀ ਬਰਨਾਲਾ ਦੇ ਕੈਂਡੀਡੇਟ ਨੂੰ ਉਦੋਂ ਤੋਂ ਲੈ ਕੇ ਜਦੋਂ ਤੱਕ ਟੋੜਾ ਜਿਉਂਦਾ ਰਿਹਾ 4 ਤੱਕ ਉਦੋਂ ਤੱਕ ਲਿਫਾਫਾ ਨਹੀਂ ਚੱਲਿਆ ਉਹ ਤੋਂ ਬਾਅਦ ਫਿਰ ਲਿਫਾਫਾ ਸ਼ੁਰੂ ਹੋ ਗਿਆ ਠੀਕ ਹੈ ਸੋ ਇਹ ਜਿਹੜਾ ਮਤਲਬ ਤੁਸੀਂ ਸਮਝਦੇ ਹੋ ਕਿ ਜਿਹੜਾ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੇ ਲਈ ਲਿਫਾਫਾ ਕਲਚਰ ਸ਼ੁਰੂ ਹੋਇਆ ਇਹਦਾ ਸ਼੍ਰੋਮਣੀ ਕਮੇਟੀ ਦੇ ਨਗਾਰ 'ਚ ਕਿੰਨਾ ਕੁ ਵੱਡਾ ਯੋਗਦਾਨ ਜਿਹੜਾ ਤੁਸੀਂ ਦੇਖਦੇ ਹੋ ਕਿੰਨਾ ਕੁ ਵੱਡਾ ਪ੍ਰਭਾਵ ਤੁਸੀਂ ਦੇਖਦੇ ਹੋ ਕਿ ਲਿਫਾਫਾ ਕਲਚਰ ਨੇ ਸਿੱਖ ਕੌਮ ਦਾ ਸਿੱਖ ਸਿਧਾਂਤਾਂ ਦਾ ਸਿੱਖ ਪਰੰਪਰਾਵਾਂ ਦਾ ਮਰਿਆਦਾ ਦਾ ਅਤੇ ਸ਼੍ਰੋਮਣੀ ਕਮੇਟੀ ਦਾ ਕਿੰਨਾ ਵੱਡਾ ਨੁਕਸਾਨ ਕੀਤਾ ਉਹ ਮਤਲਬ ਡਾਇਰੈਕਟਲੀ ਜਿਹੜੀ ਆ ਬੀਜੇਪੀ ਦੇ ਹੱਥ 'ਚ ਚਲੀ ਗਈ ਸ਼੍ਰੋਮਣੀ ਕਮੇਟੀ ਬਾਦਲ ਸਾਹਿਬ ਦੀ ਮਾਰਫਤ ਜੀ ਇਨਡਾਇਰੈਕਟਲੀ ਕਹਿ ਲਓ ਜਾਂ ਡਾਇਰੈਕਟਲੀ ਕਹਿ ਲਓ ਬਾਦਲ ਸਾਹਿਬ ਦੀ ਮਾਰਫਤ ਉਹ ਸਿੱਧੀ ਜਾਣੀ ਬੀਜੇਪੀ ਦੇ ਕੰਟਰੋਲ 'ਚ ਚਲੀ ਗਈ ਚਾਹੇ ਨਾਨਕ ਸ਼ਾਹੀ ਕੈਲੰਡਰ ਬਦਲਣਾ ਚਾਹੇ ਕੁਛ ਹੋਰ ਕਰਨਾ ਹੋਰ ਜਿਹੜਾ ਮਰਿਆਦਾ ਮਰਿਆਦਾ ਘਾਟ ਕਰਨਾ ਜਾਂ ਬਾਬਾ ਬਾਦ ਦਾ ਵਧਣਾ ਜੀ ਅਤੇ ਉੱਥੇ ਜਿਹੜੇ ਹੈਗੇ ਆ ਮੁਲਾਜ਼ਮ ਉਹ ਡੇਰਿਆਂ 'ਚੋਂ ਆਉਣੇ ਮਤਲਬ ਇਸ ਤਰ੍ਹਾਂ ਦਾ ਜਿਹੜਾ ਸਾਨੂੰ ਦੀਦਾ ਨਹੀਂ ਅਤੇ ਉਹ ਕੁਛ ਮਤਲਬ ਨਿਗਾਰ ਆਇਆ ਤੁਸੀਂ ਕੀ ਸਮਝਦੇ ਹੋ ਕਿ ਇਹ ਜਿਹੜਾ ਲਿਫਾਫੇ 'ਚੋਂ ਪ੍ਰਧਾਨ ਆਉਂਦਾ ਰਿਹਾ ਉਹਦੇ 'ਚ ਜਿਹੜਾ ਸੰਘ ਪਰਿਵਾਰ ਆ ਜਾਂ ਨਾਗਪੁਰ ਆਪਾਂ ਸਿੱਧਾ ਕਹਿ ਦਈਏ ਨਾਗਪੁਰੀ ਤਖ਼ਤ ਜਿਹਨੂੰ ਕਹਿੰਦੇ ਆ ਉਹਦਾ ਰੋਲ ਰਿਹਾ ਵਾ ਕਿ ਜਾਂ ਜਦੋਂ ਕੋਈ ਪ੍ਰਧਾਨ ਬਣ ਜਾਂਦਾ ਸੀ ਉਹਦੇ 'ਤੇ ਉਹਦਾ ਪ੍ਰਭਾਵ ਦਾ ਜਿਹੜਾ ਗਲਬਾ ਸੀ ਜਿਹੜਾ ਉਹ ਦਿਖਾਈ ਦਿੰਦਾ ਸੀ ਨਹੀਂ ਮੈਂ ਇਹ ਨਹੀਂ ਕਹਿੰਦਾ ਵੀ ਪ੍ਰਧਾਨ ਤਾਂ ਨਾਗਪੁਰ ਤਖ਼ਤ ਸੀ ਜੀ ਨਾਗਪੁਰ ਦਾ ਬਾਦਲ ਸਾਹਿਬ ਦੀ ਮਾਰਫਤ ਪ੍ਰਧਾਨ ਦੇ ਸੀ ਕਿਉਂਕਿ ਜਿਹੜਾ ਪ੍ਰਧਾਨ ਬਣਾਉਣਾ ਉਹ ਬਾਦਲ ਸਾਹਿਬ ਨੇ ਬਣਾਉਣਾ ਕਹਿਣ ਦਾ ਮਤਲਬ ਜੋ ਬਾਦਲ ਸਾਹਿਬ ਨੇ ਹਦਾਇਤਾਂ ਦੇਣੀਆਂ ਉਹੀ ਪ੍ਰਧਾਨ ਨੇ ਮੰਨਣੀਆਂ ਠੀਕ ਹੈ ਤੇ ਬਾਦਲ ਸਾਹਿਬ ਨੇ ਉਹੀ ਕਰਨਾ ਜੋ ਨਾਗਪੁਰ ਨੇ ਕਹਿਣਾ ਇਹਦੀ ਪਹਿਲੀ ਖੁੱਲ੍ਹ ਕੇ ਜਿਹੜੀ ਮਿਸਾਲ ਆ ਉਹ ਸਾਹਮਣੇ ਆਈ ਸੀ ਜਦੋਂ ਨਾਨਕ ਸ਼ਾਹੀ ਕੈਲੰਡਰ ਦਾ ਉਦੋਂ ਹਾਲਾਂਕਿ ਉਹ ਬਾਦਲ ਦੇ ਲਿਫਾਫੇ 'ਚੋਂ ਨਿਕਲੇ ਹੋਏ ਸੀ ਫਿਰ ਵੀ ਬਹੁਤ ਗਿਣਤੀ ਜਿਹੜੀ ਐਗਜੈਕਟਿਵ ਨੇ ਨਾ ਕਰਤੀ ਸੀ ਪਰ ਫਿਰ ਜ਼ਬਰਦਸਤੀ ਫਿਰ ਕਰਾਏ ਗਏ ਅਤੇ ਉਹੀ ਆ ਨਾ ਵੀ ਬਾਦਲ ਸਾਹਿਬ ਦੀ ਮਾਰਫਤ ਉਹ ਜਿਹੜਾ ਸ਼੍ਰੋਮਣੀ ਕਮੇਟੀ ਦੇ ਕਰਦੇ ਇੱਕ ਜਿਹੜਾ ਸਵਰਗੀ ਆ ਜਥੇਦਾਰ ਰਹੇ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਗਿਆਨੀ ਪੂਰਨ ਸਿੰਘ ਉਹਨਾਂ ਤੋਂ ਜਿਹੜਾ ਇੱਕ ਮਤਲਬ ਅਕਾਲ ਤਖ਼ਤ ਤੋਂ ਬਾਅਦ ਜਿਹੜਾ ਨਾਗਪੁਰੀ ਤਖ਼ਤ ਦਾ ਜਿਹੜਾ ਇੱਕ ਮਤਲਬ ਉਹ ਸੀਗਾ ਉਹਨਾਂ ਦਾ ਆਪਾਂ ਕਹਿ ਦਈਏ ਕਿ ਉਹਨਾਂ ਦੀ ਕੋਈ ਦੂਜੀ ਗੌਣਾ ਉਸ ਥਾਂ ਤੋਂ ਜਿਹੜਾ ਮਤਲਬ ਨਾਗਪੁਰੀ ਤਖ਼ਤ ਨਾਲ ਸੰਬੰਧਿਤ ਸੀਗਾ ਉਹਨਾਂ ਦੀ ਇੱਕ ਸ਼ਾਖਾ ਸੀ ਉਸ ਥਾਂ ਤੋਂ ਜਾ ਕੇ ਜਿਹੜਾ ਇੱਕ ਹੁਕਮਨਾਮਾ ਜਾਰੀ ਕਰਵਾਉਣਾ ਜਿਹੜਾ ਉਹ ਤੁਹਾਨੂੰ ਇਹ ਲੱਗਦਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵ ਉੱਚਤਾ ਨੂੰ ਜੇ ਪਹਿਲੀ ਸੱਟ ਮਾਰੀ ਆ
ਤੇ ਉਸ ਹੁਕਮਨਾਮੇ ਨੇ ਜਿਹੜਾ ਕਿ ਸ਼੍ਰੀ ਅਕਾਲ ਤਖ਼ਤ ਤੋਂ ਬਾਹਰ ਤੇ ਖਾਸ ਕਰਕੇ ਜਿਹੜਾ ਨਾਗਪੁਰੀ ਤਖ਼ਤ ਦੀ ਸ਼ਾਖਾ ਸੀ ਉੱਥੋਂ ਜਾਰੀ ਕੀਤਾ ਗਿਆ। ਹਾਂ, ਉਹ ਮੈਨੂੰ ਲੱਗਦਾ ਵੀ ਉਹਨਾਂ ਦੀ ਗਲਤੀ ਸੀ, ਉਹ ਬਾਦਲ ਸਾਹਿਬ ਦੇ ਥਰੂ ਮੈਸੇਜ ਭੇਜਣ ਦੀ ਬਜਾਏ ਡਾਇਰੈਕਟ ਭੇਜਤਾ ਜੀ, ਉਹਦੇ ਨਾਲ ਜਿਹੜੇ ਉਹ ਐਕਸਪੋਜ਼ ਹੋ ਗਏ ਸਾਹਮਣੇ ਆ ਗਏ ਵੀ ਸਿੱਧਾ ਦਖਲ ਆ ਜੀ, ਉਹ ਉੱਥੋਂ ਉਹਨਾਂ ਨੇ ਸਬਕ ਲੈਂਦੇ ਆ ਗਾਹਾਂ ਤੋਂ ਕੋਈ ਸਿੱਧਾ ਸੰਦੇਸ਼ ਭੇਜਣਾ ਜੀ, ਗ੍ਰੇਜ਼ ਕੀਤਾ ਅਤੇ ਜੋ ਹੋਇਆ ਬਾਦਲ ਸਾਹਿਬ ਦੀ ਮਾਰਫਤ ਹੋਇਆ। ਮਤਲਬ ਉਸ ਵੇ ਉਹਨਾਂ ਨੇ ਇਹ ਸਿੱਧਾ ਇੱਕ ਤਰ੍ਹਾਂ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਹੜਾ ਉਹਨਾਂ ਨੂੰ ਬਾਅਦ 'ਚ ਲੱਗਿਆ ਕਿ ਨਹੀਂ ਸਿੱਧਾ ਜਿਹੜਾ ਨਹੀਂ ਸੰਭਵ ਹੈਗਾ, ਇਹ ਬਾਦਲ ਦੇ ਮਾਰਫਤ ਹੀ ਰਹਿਣਾ। ਸੋ ਅੱਜ ਤੱਕ ਜੇ ਬਾਦਲ ਆ ਜਿਹੜਾ ਉਹ ਸਿੱਖ ਕੌਮ ਦੇ ਸਿਰ 'ਤੇ ਬੈਠਾ ਕਹਿ ਲਈਏ ਚਾਹੇ ਚੁੰਬੜਿਆ ਕਹਿ ਲਈਏ, ਉਹਦੇ ਪਿੱਛੇ ਆ ਜਿਹੜਾ ਇਹ ਇਹੀ ਕਾਰਨ ਆ ਨਾ ਕਿ ਉਹ ਜਿਹੜਾ ਨਾਗਪੁਰੀ ਤਖ਼ਤ ਆ ਉਹ ਸਾਰਾ ਕੁਝ ਬਾਦਲ ਦੇ ਮਾਰਫਤ ਕਰਦਾ। ਸੋ ਜਿਹਦੇ ਮਾਰਫਤ ਕਰਨਾ ਬਾਦਲ ਉਹਨਾਂ ਦਾ ਵਿਹਲਾ ਸੀ, ਅਤੇ ਉਹ ਇਸ ਕਰਕੇ ਅੱਜ ਤੱਕ ਬਾਦਲ ਦੀ ਉਹਨਾਂ ਨੇ ਜਿਹੜੀ ਹਿਫਾਜ਼ਤ ਆ ਹਰ ਖੇਤਰ 'ਚ ਕੀਤੀ ਆ। ਸੋ ਮੰਡੇੜੀ ਸਾਹਿਬ, ਆਪਾਂ ਗੱਲ ਕਰ ਰਹੇ ਸੀਗੇ ਹੁਣ ਮਹਾਰਾਸ਼ਟਰ 'ਚ ਮੁੱਖ ਮੰਤਰੀ ਸਰਕਾਰ ਕਿਹਦੀ ਬਣਨੀ ਆ, ਜਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਿਹਨੇ ਬਣਨਾ ਵਾ, ਜਾਂ ਨਾਗਪੁਰੀ ਤਖ਼ਤ ਨੇ ਜਿਹੜਾ ਸਿੱਖ ਸਿਧਾਂਤਾਂ 'ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ 'ਤੇ ਸੱਟ ਮਾਰੀ ਆ, ਉਹ ਸਾਰੀਆਂ ਗੱਲਾਂ ਆਪਾਂ ਕੀਤੀਆਂ ਨੇ। ਵਿਸ਼ੇਸ਼ ਰੂਪ ਦੇ ਵਿੱਚ ਅੱਜ ਆਪਾਂ ਜਿਹੜਾ ਸਿੱਖਾਂ ਦੇ ਲਈ ਭਾਰਤ ਦਾ ਸੰਵਿਧਾਨ ਆ ਜਿਹੜਾ ਉਹ ਭਾਵੇਂ ਕੋਈ ਅਰਥ ਹੀ ਨਹੀਂ ਰੱਖਦਾ, ਪਰੰਤੂ ਸਿੱਖਾਂ ਨੇ ਜਿਹੜਾ ਉਹਦਾ ਵਿਰੋਧ ਦਰਜ ਕੀਤਾ ਜਾਂ ਕੁਝ ਸਿੱਖਾਂ ਨੇ ਉਹਦੇ ਉਹਨੂੰ ਪ੍ਰਵਾਨ ਕੀਤਾ, ਉਹਦੀ ਸਾਰੀ ਜਿਹੜੀ ਇਤਿਹਾਸਕ ਸੀ ਉਹ ਕਾਰਨ ਉਹ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਆ। ਘੜੀ ਦੀਆਂ ਸੂਈਆਂ ਨੇ ਜਿਹੜੀਆਂ ਉਹ ਸਮੇਂ ਦੀ ਸਮਾਪਤੀ ਦਾ ਇਸ਼ਾਰਾ ਕਰਦੀਆਂ ਨੇ, ਪਰ ਮੈਂ ਤੂੰ ਜਾਂਦਿਆਂ ਜਾਂਦਿਆਂ ਇੱਕ ਸਵਾਲ ਜ਼ਰੂਰ ਤੁਹਾਡੇ ਨਾਲ ਸਾਂਝਾ ਕਰੂੰਗਾ ਕਿ ਭਾਰਤ ਦੀ ਸੁਪਰੀਮ ਕੋਰਟ ਨੇ ਕੱਲ੍ਹ ਇੱਕ ਹੁਕਮ ਕਹਿ ਦਿਓ ਜਾਂ ਟਿੱਪਣੀ ਕਹਿ ਦਿਓ, ਉਹਨਾਂ ਨੇ ਜਿਹੜਾ ਪ੍ਰਦੂਸ਼ਣ ਆ ਦਿੱਲੀ ਦੇ ਵਿੱਚ, ਧੂੰਆਂ ਵਾ ਜਿਹੜਾ ਦਿੱਲੀ ਦੇ ਵਿੱਚ, ਉਹਦੇ 'ਤੇ ਟਿੱਪਣੀ ਕਰਦਿਆਂ ਕਿਹਾ ਵਾ ਕਿ ਦਿੱਲੀ ਦੇ ਲੋਕਾਂ ਨੂੰ ਤੁਸੀਂ ਗੈਸ ਚੈਂਬਰ 'ਚ ਕਿਉਂ ਮਾਰ ਰਹੇ ਹੋ, ਇੱਥੇ ਬੰਬ ਲਿਆ ਕੇ ਸੁੱਟ ਦਿਓ, 15 ਵਿਸਫੋਟ ਆ ਜਿਹੜਾ ਉਹ ਲਿਆ ਕੇ ਸੁੱਟ ਦਿਓ। ਸੋ ਅੱਜ ਤਾਂ ਸੁਪਰੀਮ ਕੋਰਟ ਜੇ ਦਿੱਲੀ ਦੇ ਵਿੱਚ ਧੂੰਆਂ ਹੋ ਗਿਆ ਉਹਨੂੰ ਜਾ ਇਹ ਕਿੱਡੀ ਤਕਲੀਫ ਹੋਈ ਆ ਵੀ ਉਹ ਇਹੋ ਜਿਹੀ ਸ਼ਬਦਾਵਲੀ ਵੀ ਵਰਤੀ ਆ ਵੀ ਸਿੱਧਾ ਲਿਆ ਕੇ ਬੰਬ ਸੁੱਟ ਕੇ ਮਾਰ ਦਿਓ ਲੋਕਾਂ ਨੂੰ, ਤੁਸੀਂ ਐਂ ਕਿਉਂ ਮਾਰਦੇ ਹੋ। ਅਤੇ ਜਦੋਂ ਇਸੇ ਹੀ ਸੁਪਰੀਮ ਕੋਰਟ ਦੇ ਨਜ਼ਰਾਂ ਦੇ ਥੱਲੇ ਇਸੇ ਹੀ ਸੁਪਰੀਮ ਕੋਰਟ ਦੇ ਸ਼ਹਿਰ ਦੇ ਵਿੱਚ ਨਵੀਂ ਦਿੱਲੀ ਦੇ ਵਿੱਚ ਸਿੱਖਾਂ ਦਾ ਇੰਨੇ ਦਿਨ ਵਹਿਸ਼ੀਆਨਾ ਢੰਗ ਨਾਲ ਕਤਲੇਆਮ ਹੁੰਦਾ ਰਿਹਾ, ਉਦੋਂ ਇਹ ਸੁਪਰੀਮ ਕੋਰਟ ਕਿੱਥੇ ਸੁੱਤੀ ਸੀ? ਦੇਖੋ ਜੀ, ਆਪਾਂ ਮਤਲਬ ਉਸ ਚੀਜ਼ ਨੂੰ ਬਾਹਰ ਕੱਢ ਦਿੰਦੇ ਹਾਂ, ਬਹੁਗਿਣਤੀ ਦੇ ਰਾਜ ਨੂੰ, ਬਹੁਗਿਣਤੀ ਦੇ ਰਾਜ ਦੇ ਵਿੱਚ ਹੀ ਸੁਪਰੀਮ ਕੋਰਟ ਨੇ, ਬਹੁਗਿਣਤੀ ਦੇ ਰਾਜ 'ਚ ਹੀ ਇਹ ਜਿਹੜੀ ਹੈਗੀ ਆ ਪਾਰਲੀਮੈਂਟ ਆ ਵਿਧਾਨ ਸਭਾ ਜੋ ਸਿਸਟਮ ਚੱਲਦੀ ਆ, ਅਤੇ ਉਹ ਜਦੋਂ ਕਤਲੇਆਮ ਹੋ ਰਿਹਾ ਸੀ ਉਹ ਬਹੁਗਿਣਤੀ ਦੀ ਸਹਿਮਤੀ ਹੋਈ ਸੀ। ਹੁਣ ਵੀ ਕਸ਼ਮੀਰ ਦੇ ਵਿੱਚ ਜੋ ਕੁਛ ਪਾਉਂਦੀਆਂ ਲੱਗੀਆਂ ਨੇ ਹਾਲਾਂਕਿ ਸੁਪਰੀਮ ਕੋਰਟ ਦੇ ਵਿੱਚ ਗਿਆ ਵੀ ਹੈ ਕੇਸ, ਦੋ ਵਾਰੀ ਜਾ ਚੁੱਕਾ, ਇਹ ਜਿਹੀ ਟਿੱਪਣੀ ਉੱਥੇ ਵੀ ਹੋ ਸਕਦੀ ਸੀ, ਬਿਲਕੁਲ, ਪਰ ਉੱਥੇ ਖਾਮੋਸ਼ ਰਹੇ ਜੀ। ਅਤੇ ਇਹ ਜੋ ਕੁਛ ਹੋਣਾ ਇਹ ਬਹੁਗਿਣਤੀ ਦੀ ਆਪਣੇ ਹੈਗਾ ਜੋ ਉਹਨਾਂ ਦੀ ਮਨਸ਼ਾ, ਉਹਦੇ ਮੁਤਾਬਕ ਹੀ ਸਾਰੀਆਂ ਸੰਸਥਾਵਾਂ ਨੇ ਬੋਲਣਾ ਜੀ। ਉਹ ਮਤਲਬ ਫਿਰ ਉਹ ਸਾਡੀ ਜਿਹੜੀ ਆਪਾਂ ਗੱਲ ਕਹਿੰਦੇ ਹੁੰਦੇ ਹਾਂ ਕਿ ਇਸ ਦੇਸ਼ ਦਾ ਸੰਵਿਧਾਨ, ਇਸ ਦੇਸ਼ ਦਾ ਕਾਨੂੰਨ, ਇਸ ਦੇਸ਼ ਦੇ ਹਾਕਮ, ਇਸ ਦੇਸ਼ ਦਾ ਪ੍ਰਸ਼ਾਸਨ ਆ ਜਿਹੜਾ ਉਹ ਸਾਰਾ ਬਹੁਗਿਣਤੀ ਲਈ ਆ, ਜਿਵੇਂ ਕਹਿੰਦੇ ਲੋਕਾਂ ਦਾ ਵਾ, ਲੋਕਾਂ ਲਈ ਆ, ਲੋਕਾਂ ਵਾਸਤੇ ਆ, ਉਹ ਗੱਲ ਨਹੀਂ ਹੈ, ਇਹ ਤਾਂ ਬਹੁਗਿਣਤੀ ਦਾ ਵਾ ਅਤੇ ਬਹੁਗਿਣਤੀ ਵਾਸਤੇ ਆ। ਸੋ ਇੱਥੇ ਜਿਹੜੀ ਘੱਟ ਗਿਣਤੀ ਆ ਉਹਦੇ ਨਾਲ ਹਮੇਸ਼ਾ ਧੱਕਾ, ਬੇਇਨਸਾਫੀ ਵਿੱਚ ਕਈ ਵਾਰ। ਦੇਖੋ ਜੀ, ਇੱਕ ਰਾਜਸਥਾਨ ਦੇ ਵਿੱਚ ਜੀ ਕੇਸ ਹੋਇਆ ਇੱਕ ਪੀਲੂ ਖਾਨ ਦੇ ਮੁਸਲਮਾਨ ਨੂੰ ਜੀ,
ਬਹੁਤ ਗਿਣਤੀ ਵਾਲਿਆਂ ਨੇ ਉਹ ਕੋ ਕੇ ਮਾਰਿਆ ਜੀ 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 ਉਹਦੀ ਵੀਡੀਓ ਬਣਾਈ ਵੀਡੀਓ ਵਾਇਰਲ ਕੀਤੀ ਜੀ ਤੇ ਉਹ ਬੰਦੇ ਅਰੈਸਟ ਕਰ ਲਏ ਗੌਰਮੈਂਟ ਨੇ ਜੀ ਤੇ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਤੇ ਬਹੁਤ ਗਿਣਤੀ ਨੇ ਜਾ ਕੇ ਉੱਤੇ ਹੱਲ ਕੋਰਟ ਤੇ ਕਬਜ਼ਾ ਕਰ ਲਿਆ ਕੋਰਟ ਦੇ ਉੱਤੇ ਜਿਹੜਾ ਤਰੰਗਾ ਬਿਲਕੁਲ ਉਹ ਲਾ ਕੇ ਆਪਦਾ ਉੱਤੇ ਜਿਹੜਾ ਭਗਵਾਨ ਝੰਡਾ ਸੀ ਉਹ ਕੱਢਤਾ ਬਿਲਕੁਲ ਤੇ ਕਿਸੇ ਨੇ ਮੁਲਕ ਦੇ ਵਿੱਚ ਚੂ ਨਹੀਂ ਕੀਤੀ ਵੀ ਇਹ ਕੀ ਹੋ ਗਿਆ ਬਿਲਕੁਲ ਨਾ ਚਲੋ ਆਮ ਲੋਕਾਂ ਦਾ ਕੀ ਚੂ ਕਰਨੀ ਸੀ ਤੇ ਉਦੋਂ ਵੀ ਸੁਪਰੀਮ ਕੋਰਟ ਆ ਜਿਹੜੀ ਉਹ ਸੁੱਤੀ ਰਹੀ ਹੈ ਨਾ ਉੱਥੋਂ ਉਸ ਕੋਰਟ ਨੇ ਕੀਤਾ ਉਸ ਕੋਰਟ ਨੇ ਚਲੋ ਜਿਸ ਕੋਰਟ ਤੇ ਤਾਂ ਕਬਜ਼ਾ ਕਰ ਲਿਆ ਉਹ ਵੀ ਕੁਛ ਨਹੀਂ ਬੋਲੀ ਤੇ ਜਿਹੜੀ ਉਹਦੀ ਰਾਖੀ ਕਰਨ ਵਾਲੀ ਹੈ ਸੁਪਰੀਮ ਕੋਰਟ ਉਹ ਵੀ ਕੁਛ ਨਹੀਂ ਬੋਲੀ ਕੁਛ ਨਹੀਂ ਬੋਲੀ ਸੋ ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਇਸ ਦੇਸ਼ ਦਾ ਕਾਨੂੰਨ ਆ ਇਸ ਦੇਸ਼ ਦਾ ਸੰਵਿਧਾਨ ਆ ਇਸ ਦੇਸ਼ ਦੇ ਹਾਕਮ ਨੇ ਇਸ ਦੇਸ਼ ਦਾ ਪ੍ਰਸ਼ਾਸਨ ਆ ਇਸ ਦੇਸ਼ ਦੀ ਪੁਲਿਸ ਆ ਉਹ ਸਾਰੀ ਤੇ ਸਾਰੀ ਸਿਰਫ ਬਹੁ ਗਿਣਤੀ ਦੀ ਆ ਅਤੇ ਬਹੁ ਗਿਣਤੀ ਲਈ ਆ ਸੋ ਇਹ ਅੱਜ ਦੇ ਸਾਡਾ ਜਿਹੜਾ ਪ੍ਰੋਗਰਾਮ ਆ ਅਸੀਂ ਇਹਦੇ ਵਿੱਚ ਜਿਵੇਂ ਪਹਿਲਾਂ ਵੀ ਗੱਲ ਕੀਤੀ ਆ ਖਾਸ ਕਰਕੇ ਅਸੀਂ ਆਪਣੀ ਕੌਮ ਨੂੰ ਸਿੱਖ ਕੌਮ ਨੂੰ ਜਿਹੜਾ ਯਾਦ ਕਰਵਾਇਆ ਸਿੱਖਾਂ ਦੇ ਲਈ ਇਹ ਜਿਹੜਾ ਭਾਰਤ ਦਾ ਸੰਵਿਧਾਨ ਆ ਅੱਜ ਕਿਉਂਕਿ ਸੰਵਿਧਾਨ ਦਿਵਸ ਕਿਹਾ ਜਾ ਰਿਹਾ ਵਾ ਉਹ ਕੀ ਮਾਇਨੇ ਰੱਖਦਾ ਕੀ ਮਹੱਤਤਾ ਰੱਖਦਾ ਉਹਦੀ ਅਸੀਂ ਤੁਹਾਡੇ ਨਾਲ ਗੱਲ ਕੀਤੀ ਆ ਅਤੇ ਸਿੱਖ ਇਸ ਦੇਸ਼ ਦੇ ਲਈ ਜਾਂ ਇਸ ਦੇਸ਼ ਦੇ ਸੰਵਿਧਾਨ ਲਈ ਜਾਂ ਇਸ ਦੇਸ਼ ਦੇ ਕਾਨੂੰਨ ਲਈ ਕੀ ਮਹੱਤਤਾ ਰੱਖਦੇ ਨੇ ਉਹ ਵੀ ਅਸੀਂ ਤੁਹਾਡੇ ਨਾਲ ਆਪਣੇ ਵਿਚਾਰ ਨੇ ਜਿਹੜੇ ਸਰਦਾਰ ਗੋਬਿੰਦ ਸਿੰਘ ਜੀ ਮੜਿਆਣੀ ਨੇ ਸਾਂਝੇ ਕੀਤੇ ਨੇ ਮੜਿਆਣੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਬੜੇ ਕਿਉਂਕਿ ਰੋਜ਼ਾਨਾ ਹੀ ਸਾਡੇ ਸਾਹਮਣੇ ਕੁਝ ਇਹੋ ਜਿਹੇ ਮੁੱਦੇ ਆ ਜਾਂਦੇ ਨੇ ਜਿਹੜੇ ਬੜੀ ਗੰਭੀਰਤਾ ਦੀ ਵੀ ਮੰਗ ਕਰਦੇ ਨੇ ਖਾਸ ਕਰਕੇ ਜਿਹੜੀ ਕੌਮ ਦੀ ਪੀੜਾ ਵਾ ਕੌਮ ਦਾ ਦਰਦ ਆ ਕੌਮ ਦੀ ਚੀਜ਼ ਆ ਉਹ ਵੀ ਇਹਨਾਂ ਸਵਾਲਾਂ ਦੇ ਵਿੱਚੋਂ ਜਾਗਦੀ ਆ ਵਿਖਾਈ ਦਿੰਦੀ ਆ ਝੱਕਦੀ ਆ ਸੋ ਉਹ ਤੁਸੀਂ ਕੌਮ ਦੇ ਸਾਹਮਣੇ ਲੈ ਕੇ ਆਉਂਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਕੱਲ੍ਹ ਫਿਰ ਕਿਸੇ ਨਵੇਂ ਮੁੱਦੇ 'ਤੇ ਅਸੀਂ ਆਪਣੇ ਦਰਸ਼ਕਾਂ ਦੇ ਰੂਬਰੂ ਹੋਵਾਂਗੇ ਅਤੇ ਜਿਵੇਂ ਮੈਂ ਰੋਜ਼ਾਨਾ ਬੇਨਤੀ ਕਰਦਾ ਕਿ ਇਹ ਜਿਹੜੇ ਸਵਾਲ ਨੇ ਇਹ ਅੱਜ ਦੇ ਲਈ ਨਹੀਂ ਇਹ ਸਵਾਲ ਨੇ ਜਿਹੜੇ ਇਹ ਭਵਿੱਖ ਲਈ ਨੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਨੇ ਸੋ ਇਸ ਕਰਕੇ ਅਸੀਂ ਜ਼ਰੂਰ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਵਿਚਾਰ ਆਪਣੇ ਸੁਝਾਅ ਇਹੋ ਜਿਹੇ ਮੁੱਦਿਆਂ 'ਤੇ ਜਿਹੜੇ ਕੌਮ ਦੇ ਭਵਿੱਖ ਨਾਲ ਕੌਮ ਦੀ ਹੋਣੀ ਨਾਲ ਜੁੜੇ ਆ ਜਿਵੇਂ ਅਸੀਂ ਸੰਵਿਧਾਨ ਦੀ ਗੱਲ ਕੀਤੀ ਆ ਸੋ ਇਹੋ ਜਿਹੇ ਸਵਾਲਾਂ ਬਾਰੇ ਆਪਣੇ ਵਿਚਾਰ ਆਪਣੇ ਸੁਝਾਅ ਜ਼ਰੂਰ ਸਾਨੂੰ ਭੇਜਿਆ ਕਰੋ ਤਾਂ ਕਿ ਅਸੀਂ ਉਹ ਸਮੁੱਚੀ ਕੌਮ ਦੇ ਨਾਲ ਸਾਂਝੇ ਕਰ ਸਕੀਏ ਸੋ ਕੱਲ੍ਹ ਫਿਰ ਨਵਾਂ ਮੁੱਦੇ 'ਤੇ ਨਵੇਂ ਜਿਹੜੇ ਕੋਈ ਸਮੱਸਿਆਵਾਂ ਨੇ ਸਾਡੇ ਸਾਹਮਣੇ ਦਰਪੇਸ਼ ਉਹਨਾਂ ਨੂੰ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਉਦੋਂ ਤੱਕ ਲਈ ਦਿਓ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।